ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਸ਼ਰੀਤ ਕੌਰ, ਨਿਊਜ਼ ਟੀਵੀ 84 ਦੇ ਨਾਲ। ਵਿਊਅਰਸ, ਨਵੰਬਰ ਦਾ ਮਹੀਨਾ ਸਿੱਖ ਯਾਦਾਂ ਵਿੱਚ, ਜਿੱਥੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨਾਲ ਜੁੜਿਆ ਹੋਇਆ ਹੈ, ਉੱਥੇ 30 ਵਰੇ ਪਹਿਲਾਂ ਨਵੰਬਰ 84 ਵਿੱਚ ਦਿੱਲੀ ਅਤੇ ਭਾਰਤ ਭਰ ਦੇ ਹੋਰ ਸ਼ਹਿਰਾਂ, ਕਸਬਿਆਂ, ਪਿੰਡਾਂ ਵਿੱਚ ਸਾਜਿਸ਼ ਤਹਿਤ ਕੀਤੀ ਗਈ ਸਿੱਖ ਨਸਲਕੁਸ਼ੀ ਦੀ ਵੀ ਇੱਕ ਡੂੰਘੀ ਪੀੜ ਦੇਣ ਵਾਲਾ ਮਹੀਨਾ ਬਣ ਗਿਆ ਹੈ। ਨਵੰਬਰ 84 ਦੀ 30ਵੀਂ ਦੁਖਦ ਯਾਦ ਮੌਕੇ ਇਸ ਵਾਰ ਦੁਨੀਆ ਭਰ ਵਿੱਚ ਸਿੱਖਾਂ ਵੱਲੋਂ ਕਾਫੀ ਸਰਗਰਮੀ ਵਿਖਾਈ ਗਈ। ਸ਼ਹੀਦੀ ਦੀਵਾਨ, ਸੈਮੀਨਾਰ, ਕੈਂਡਲਾਈਟ ਵਿਜੂਅਲਸ, ਰੋਸ ਵਿਖਾਵੇ, ਫਰੀਡਮ ਰੈਲੀਜ਼ ਆਦਿ ਵੀ ਇਹਨਾਂ ਐਕਟੀਵਿਟੀਜ਼ ਦਾ ਹਿੱਸਾ ਸਨ। ਸਿੱਖਸ ਫੋਰ ਜਸਟਿਸ ਜਥੇਬੰਦੀ ਨੇ ਨਵੰਬਰ 84 ਸਿੱਖ ਨਸਲਕੁਸ਼ੀ ਨੂੰ ਨਸਲਕੁਸ਼ੀ ਵਜੋਂ ਅੰਤਰਰਾਸ਼ਟਰੀ ਮਾਨਤਾ ਦਿਵਾਉਣ ਲਈ ਕੁਝ ਪ੍ਰੋਐਕਟਿਵ ਸਟੈਪਸ ਲਏ ਹਨ। 10 ਨਵੰਬਰ ਨੂੰ ਸਿੱਖਸ ਫੋਰ ਜਸਟਿਸ ਦੇ ਐਫਰਟ ਸਦਕਾ ਇਲਨਾਈ ਸਟੇਟ ਦੀ ਹਾਰਵੇ ਸਿਟੀ ਕਾਉਂਸਲ ਨੇ ਨਵੰਬਰ 1984 ਸਿੱਖ ਨਸਲਕੁਸ਼ੀ ਨੂੰ ਨਸਲਕੁਸ਼ੀ ਵਜੋਂ ਮਾਨਤਾ ਦੇਣ ਦਾ ਰੈਜ਼ੋਲੂਸ਼ਨ ਪਾਸ ਕੀਤਾ ਹੈ। ਸਿੱਖਸ ਫੋਰ ਜਸਟਿਸ ਵੱਲੋਂ ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਦੇ ਇੱਕ ਸਮਾਗਮ ਵਿੱਚ ਕੈਲੀਫੋਰਨੀਆ ਦੇ ਇੱਕ ਗਵਰਨਰ ਜੈਰੀ ਬ੍ਰਾਊਨ ਨੂੰ ਵੀ ਮੈਮੋਰੈਂਡਮ ਦੇ ਕੇ ਮੰਗ ਕੀਤੀ ਗਈ ਹੈ ਕਿ ਨਵੰਬਰ 1984 ਸਿੱਖ ਨਸਲਕੁਸ਼ੀ ਨੂੰ ਕੈਲੀਫੋਰਨੀਆ ਸਟੇਟ ਵੱਲੋਂ ਨਸਲਕੁਸ਼ੀ ਐਲਾਨਿਆ ਜਾਵੇ। ਇਹ ਵੀ ਯਾਦ ਰਹੇ ਕਿ ਸਿੱਖਸ ਫੋਰ ਜਸਟਿਸ ਵੱਲੋਂ ਸਰਬੱਤ ਖਾਲਸਾ ਦੇ ਗੁਰਮਤੇ ਦੀ ਰੋਸ਼ਨੀ ਵਿੱਚ 2020 ਵਿੱਚ ਰੈਫਰੈਂਡਮ ਦੀ ਕਾਲ ਵੀ ਦਿੱਤੀ ਗਈ ਹੈ। ਵਿਊਅਰਸ, ਪੰਜਾਬ ਦੇ ਹਵਾਲੇ ਨਾਲ ਆਰਐਸਐਸ ਸਿੱਧੇ ਤੌਰ ਤੇ ਸਿੱਖ ਕੌਮ ਨੂੰ ਚੈਲੰਜ ਕਰ ਰਹੀ ਹੈ। ਆਰਐਸਐਸ ਦੀਆਂ 200 ਤੋਂ ਜ਼ਿਆਦਾ ਨਵੀਆਂ ਸ਼ਾਖਾਵਾਂ ਪੰਜਾਬ ਦੇ ਪਿੰਡਾਂ ਵਿੱਚ ਖੋਲ੍ਹੀਆਂ ਜਾ ਰਹੀਆਂ ਹਨ। ਬਾਦਲ ਅਕਾਲੀ ਦਲ ਆਰਐਸਐਸ ਦੇ ਸਾਹਮਣੇ ਪੂਰੀ ਤਰ੍ਹਾਂ ਗੋਡੇ ਟੇਕ ਚੁੱਕਿਆ ਹੈ। ਕੁਝ ਮੌਕਾ ਪ੍ਰਸਤ ਸਿੱਖ ਵੀ ਬੀਜੇਪੀ ਦੇ ਗੱਡੇ ਤੇ ਸਵਾਰ ਹੋ ਚੁੱਕੇ ਹਨ। ਇਹਨਾਂ ਹਾਲਾਤਾਂ ਵਿੱਚ ਪੰਜਾਬ ਵਿਚਲੀਆਂ ਪੰਥ ਪ੍ਰਸਤਰਾਂ ਕੀ ਕਰਨ? ਬੀਜੇਪੀ ਖੁੱਲ੍ਹੇਆਮ ਡੇਰਾ ਸੱਚਾ ਸੌਦਾ, ਆਸ਼ੂਤੋਸ਼ ਅਤੇ ਰਾਧਾ ਸਵਾਮੀ ਦੀ ਹਮਾਇਤ ਤੇ ਉੱਤਰ ਆਈ ਹੈ। ਇਸ ਸਥਿਤੀ ਵਿੱਚ ਸਿੱਖ ਸਵਰਨਤੀ ਦੀ ਮੰਗ ਪੰਜਾਬ ਵਿੱਚ ਕਿੰਨੀ ਕੁ ਅਸਰਦਾਰ ਸਾਬਿਤ ਹੋਏਗੀ? ਅੱਜ ਅਸੀਂ ਇਹਨਾਂ ਵਿਸ਼ਿਆਂ ਤੇ ਅਤੇ ਹੋਰ ਪੰਥਕ ਮਸਲਿਆਂ ਤੇ ਗੱਲਬਾਤ ਕਰਾਂਗੇ। ਸਾਡੇ ਸਟੂਡੀਓ ਦੇ ਵਿੱਚ ਸ਼ਾਮਲ ਹੋਏ ਨੇ ਸਿੱਖਸ ਫੋਰ ਜਸਟਿਸ ਦੇ ਲੀਗਲ ਐਡਵਾਈਜ਼ਰ ਸਰਦਾਰ ਗੁਰਪਤਵੰਤ ਸਿੰਘ ਪੰਨੂ ਅਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ। ਆਓ ਆਪਣੇ ਸਵਾਲ ਦਾ ਸਿਲਸਿਲਾ ਇਹਨਾਂ ਨਾਲ ਜਾਰੀ ਕਰਦੇ ਹਾਂ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਸਭ ਤੋਂ ਪਹਿਲਾਂ ਵੈਲਕਮ ਟੂ ਦਿਸ ਸਪੈਸ਼ਲ ਪ੍ਰੋਗਰਾਮ ਬਾਈ TV84। ਐਂਡ ਫਸਟ ਆਫ ਆਲ, ਅਸੀਂ ਸਭ ਤੋਂ ਪਹਿਲਾਂ ਤੁਹਾਡੇ ਕੋਲ ਸ਼ੁਰੂ ਕਰਦੇ ਹਾਂ ਪੰਨੂ ਵੀਰ ਜੀ, ਜਿਸ ਤਰ੍ਹਾਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਤੁਹਾਡੇ ਜਥੇਬੰਦੀ ਵੱਲੋਂ ਨਵੰਬਰ 84 ਦੇ ਪ੍ਰੋਗਰਾਮ ਕਿੰਨੇ ਕੁ ਸਫਲ ਰਹੇ, ਇਸ ਬਾਰੇ ਜਾਣਕਾਰੀ ਦਿਓ ਪੂਰੀ ਵੇਰਵੇ ਦੇ ਨਾਲ। ਸਭ ਤੋਂ ਪਹਿਲਾਂ TV84 ਵੇਖਣ ਵਾਲੇ ਸਾਰੇ ਭੈਣਾਂ ਅਤੇ ਭਰਾਵਾਂ ਨੂੰ ਅਤੇ ਅਸੀਂ ਤਹਿ ਦਿਲੋਂ ਧੰਨਵਾਦੀ ਹਾਂ ਡਾਕਟਰ ਅਮਰਜੀਤ ਸਿੰਘ ਦੇ ਅਤੇ ਇਹਨਾਂ ਦੀ ਪੂਰੀ ਟੀਮ ਦੇ, ਡਾਕਟਰ ਰਣਜੀਤ ਸਿੰਘ ਪੂਰੀ ਟੀਮ ਦੇ ਔਰ ਤੁਹਾਡੇ ਜੀ, ਕਿ ਤੁਸੀਂ ਜੋ ਸਿੱਖ ਕੌਮ ਦਾ ਮਸਲਾ ਹੈ ਨਸਲਕੁਸ਼ੀ ਦਾ, ਉਸ ਨੂੰ ਤਨਦੇਹੀ ਦੇ ਨਾਲ ਸਾਹਮਣੇ ਲੈ ਕੇ ਆ ਰਹੇ ਹੋ। ਬਹੁਤ ਬਹੁਤ ਅਸੀਂ ਧੰਨਵਾਦੀ ਹਾਂ ਜੀ, ਥੈਂਕ ਯੂ। ਜਦੋਂ 30ਵੇਂ ਸਾਲ ਦੇ ਉੱਤੇ ਆਪਾਂ ਸਿੱਖ ਨਸਲਕੁਸ਼ੀ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਇਹ ਯਾਦ ਕਰਨਾ ਜ਼ਰੂਰੀ ਹੈ ਕਿ ਜਦੋਂ ਨਵੰਬਰ 1984 ਹੋਇਆ ਜੀ, ਉਸ ਵਕਤ ਸਮੇਂ ਦੀ ਹਕੂਮਤ ਜੋ ਸੀਗੀ, ਹਾਂਜੀ, ਉਦੋਂ ਦੇਸ਼ ਦਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਬਣ ਚੁੱਕਾ ਸੀ ਜੀ। ਸੋ 30 ਸਾਲਾਂ ਬਾਅਦ ਜਿਹੜੇ ਆਪਾਂ ਅੰਕੜੇ ਕੱਢੇ ਹੈ ਅਤੇ ਜਿਹੜੇ ਡਾਕੂਮੈਂਟਸ ਕੱਢੇ ਹੈ, ਹਾਂਜੀ, ਉਹ ਆਪਾਂ ਭੀੜ ਦੇ ਉੱਤੇ, ਹਜ਼ੂਮ ਦੇ ਉੱਤੇ ਅਤੇ ਕਿਸੇ ਇੱਕ ਵਰਗ ਦੇ ਲੋਕਾਂ ਦੇ ਉੱਤੇ ਉਂਗਲੀ ਜਿਹੜੀ ਚੁੱਕੀਏ, ਉਹ ਨਹੀਂ ਬਣਦੀ ਡਾਕੂਮੈਂਟਸ ਦੇ ਹਿਸਾਬ ਨਾਲ ਗੱਲ। ਗੱਲ ਬਣਦੀ ਹੈ ਕਿ ਉਸ ਦੇਸ਼ ਦੀ ਸਰਕਾਰ ਨੇ, ਇੰਡੀਆ ਦੀ ਸਰਕਾਰ ਨੇ ਉਸ ਵਕਤ ਸਿੱਖਾਂ ਨੂੰ ਸਿੱਖ ਹੋਣ ਦੇ ਨਾਤੇ ਜੀ ਯੋਜਨਾਬੱਧ ਤਰੀਕੇ ਨਾਲ ਪੂਰੀ ਦੇਸ਼ ਦੀ ਸਰਕਾਰ ਦੀ ਕਮਾਂਡ ਆਪਣੇ ਥੱਲੇ ਲੈ ਕੇ ਸਿੱਖਾਂ ਨੂੰ ਜਿਹੜਾ ਹੈ ਉਹਨਾਂ ਦੀ ਨਸਲਕੁਸ਼ੀ ਕੀਤੀ ਜੀ, ਬਿਲਕੁਲ। ਹੁਣ ਜਿਹੜਾ 30 ਸਾਲਾਂ ਦਾ ਇਹਨਾਂ ਨੇ ਕਵਰ ਅਪ ਕੀਤਾ ਹੋਇਆ ਸੀ ਕਿ ਜੀ ਇਹ ਦੰਗੇ ਹੋਏ ਹੈ, ਹਾਂਜੀ, ਉਹ ਸਾਰੀ ਦੁਨੀਆ ਦੇ ਸਾਹਮਣੇ ਨਸਰ ਹੋ ਗਿਆ, ਸਾਰੀ ਦੁਨੀਆ ਦੇ ਸਾਹਮਣੇ ਆ ਗਿਆ ਕਿ ਇੱਕ ਸੋਚੀ ਸਮਝੀ ਚਾਲ ਦੇ ਨਾਲ ਸਿਸਟਮੈਟਿਕ ਐਂਡ ਆਰਗਨਾਈਜ਼ਡ ਜੈਨੋਸਾਈਡ ਸੀ ਜੀ। ਔਰ ਇਸ ਦਾ ਸਬੂਤ ਜਿਹੜਾ ਹੈ ਉਹ ਯੂਨਾਈਟਿਡ ਨੇਸ਼ਨਸ ਦੇ ਵਿੱਚ 7 ਨਵੰਬਰ ਨੂੰ ਸਿੱਖਸ ਫਾਰ ਜਸਟਿਸ ਨੇ ਇੱਕ ਰਿਪੋਰਟ ਜਿਹੜੀ ਹੈ ਨਵੰਬਰ 1984 ਸਿੱਖ ਜੈਨੋਸਾਈਡ ਪੇਸ਼ ਕੀਤੀ ਜੀ। ਔਰ ਯੂਨਾਈਟਿਡ ਨੇਸ਼ਨਸ ਦੀ ਜਿਹੜੀ ਹਿਊਮਨ ਰਾਈਟਸ ਕਾਊਂਸਲ ਦੇ ਮੁੱਖ ਜਿਹੜੇ ਹਿਊਮਨ ਰਾਈਟਸ ਆਫੀਸਰ ਹੈ, ਹਾਂਜੀ, ਉਹਨਾਂ ਦੇ ਨਾਲ 1.5 ਘੰਟਾ ਜਿਹੜੇ ਵਿਟਨੈਸਿਸ ਹੈ ਜੋ ਕਿ ਪੰਜਾਬ ਤੋਂ ਬੀਬੀ ਗੁਰਦੀਪ ਕੌਰ ਚੱਲ ਕੇ ਆਏ ਸੀ, ਹਾਂਜੀ, ਔਰ ਟਾਈਟਲਰ ਦੇ ਕੇਸ ਦੇ ਮੁੱਖ ਗਵਾਹ ਜੋ ਇੱਥੇ ਭਾਈ ਜਸਬੀਰ ਸਿੰਘ ਦਿੱਲੀ ਨੇ ਜੀ, ਉਹਨਾਂ ਨੇ ਆਪਣੀ ਜਿਹੜੀ ਵਿਟਨੈਸ ਹੈ ਉਹ 1.5 ਘੰਟਾ ਦਿੱਤੀ ਜੀ। ਔਰ ਉਸ ਤੋਂ ਬਾਅਦ ਹਿਊਮਨ ਰਾਈਟਸ ਆਫੀਸਰ ਨੂੰ ਜੋ ਡਾਕੂਮੈਂਟ ਔਰ ਜੋ ਅਸੀਂ ਉਹਨਾਂ ਨੂੰ ਰਿਪੋਰਟ ਪੇਸ਼ ਕੀਤੀ, ਹਾਂਜੀ, ਉਹਨਾਂ ਨੇ ਉਹ ਰਿਪੋਰਟ ਜਿਹੜੀ ਹੈ ਯੂਨਾਈਟਿਡ ਨੇਸ਼ਨ ਦੇ ਸੈਕਟਰੀ ਜਨਰਲ ਨੂੰ ਦੇਣ ਦੀ ਜਿਹੜੀ ਹੈ ਸਾਨੂੰ ਆਪਣਾ ਜਿਹੜਾ
ਕਨਕਲੂਸਿਵ ਆਨਸਰ ਉਸਦੇ ਇਸ ਗੱਲ 'ਤੇ ਦਿੱਤਾ ਕਿ ਇਹ ਰਿਪੋਰਟ ਪੇਸ਼ ਕੀਤੀ ਜਾਏਗੀ। ਜੀ ਸੋ 30 ਸਾਲਾਂ ਬਾਅਦ ਜਦੋਂ ਇਹ ਸਬੂਤ ਸਾਹਮਣੇ ਆਏ ਔਰ ਯੂਨਾਈਟਿਡ ਨੇਸ਼ਨਸ 'ਚ ਰਿਪੋਰਟ ਪੇਸ਼ ਕੀਤੀ ਗਈ ਜੀ, ਸੋ ਹੁਣ ਇਸ ਚੀਜ਼ 'ਤੇ ਕੋਈ ਵੀ ਦੋ ਰਾਵਾਂ ਨਹੀਂ ਹੈਗੀਆਂ ਕਿ ਨਵੰਬਰ 1984 ਸਿੱਖ ਵਿਰੋਧੀ ਦੰਗੇ ਨਹੀਂ ਸੀ, ਉਹ ਇੱਕ ਸਿੱਖਾਂ ਦੀ ਨਸਲਕੁਸ਼ੀ ਸੀ ਔਰ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਤੱਕ ਇਹ ਰਿਪੋਰਟ ਜਿਹੜੀ ਹੈ ਅਸੀਂ ਪੂਰੀ ਸਿੱਖ ਕੌਮ ਦੀ ਮਦਦ ਦੇ ਨਾਲ ਦੇਣ ਦੇ ਵਿੱਚ ਦਾਖਲ ਕਰਾਉਣ 'ਚ ਕਾਮਯਾਬ ਹੋਏ। ਜੀ ਜੀ, ਅਤੇ ਵੀਰ ਜੀ, ਜਿਸ ਤਰ੍ਹਾਂ ਡਾਕਟਰ ਸਾਹਿਬ, ਜਿਸ ਤਰ੍ਹਾਂ ਅਸੀਂ ਗੱਲ ਕਰਦੇ ਹਾਂ ਸਿੱਖ ਗੈਦਰਿੰਗ ਕਰਦੇ ਹਾਂ, ਸਿੱਖਸ ਫੋਰ ਜਸਟਿਸ ਵੱਲੋਂ ਹੋਰ ਵੀ ਇਹਨਾਂ ਵੱਲੋਂ ਕਾਫੀ ਉਪਰਾਲੇ ਕੀਤੇ ਜਾਂਦੇ ਜਿਸ ਵਿੱਚ ਤੁਸੀਂ ਵੀ ਟਾਈਮ ਟੂ ਟਾਈਮ ਸ਼ਾਮਿਲ ਹੁੰਦੇ ਹੋ। ਸੋ ਵੀ ਵੁਡ ਲਾਈਕ ਟੂ ਆਸਕ, ਕਿਉਂਕਿ ਸਿੱਖਾਂ ਦੇ ਜੋ ਬੱਚੇ ਹੁੰਦੇ ਜਾਂ ਅੱਜ ਸਾਡੇ ਅੱਜ ਦੀ ਜਨਰੇਸ਼ਨ ਆ ਜਾਂ ਸਿੱਖ ਕੌਮ ਆ, ਉਹਨਾਂ ਕਿਸ ਤਰ੍ਹਾਂ ਦਾ ਨਜ਼ਰੀਆ ਹੁੰਦਾ ਓਵਰਆਲ ਲਾਈਕ ਇਸ ਦੇ ਵਿੱਚ? ਨਹੀਂ, ਦੇਖੋ, ਜਿਵੇਂ ਗੁਰਪਤਵੰਤ ਸਿੰਘ ਹੋਰਾਂ ਨੇ ਵੀਰਵੇ ਨਾਲ ਦੱਸਿਆ ਕਿ ਇੰਟਰਨੈਸ਼ਨਲ ਲੈਵਲ 'ਤੇ ਯੂਨਾਈਟਿਡ ਨੇਸ਼ਨਸ ਦੇ ਹਵਾਲੇ ਨਾਲ ਅਸੀਂ ਕਿੰਨਾ ਸਫ਼ਰ ਟਰੈਡ ਕੀਤਾ, ਕਿੰਨਾ ਸਫ਼ਰ ਤੈਅ ਕੀਤਾ। ਮੈਂ ਜੇ ਇਸੇ ਕੌਮੀ ਪਰਸਪੈਕਟਿਵ ਤੋਂ ਦੇਖਾਂ ਤਾਂ ਜ਼ਾਹਰ ਹੈ ਕਿ ਇੱਕਦਮ ਬਾਅਦ ਨਵੰਬਰ 84 ਤੋਂ ਹਰ ਸਿਆਸੀ ਪਾਰਟੀ ਨੇ ਜਿਹਦਾ ਸੰਬੰਧ ਕਾਂਗਰਸ ਨਾਲ ਨਹੀਂ ਸੀ, ਇਸ 'ਚੋਂ ਸਿਆਸੀ ਲਾਹਾ ਲੈਣਾ ਚਾਹਿਆ। ਬਾਦਲ ਕਿਆਂ ਨੇ ਆਪਣੀਆਂ ਸਿਆਸੀ ਰੋਟੀਆਂ ਸੇਕੀਆਂ ਕਾਂਗਰਸ ਦੇ ਵਿਹੜੇ 'ਚ ਨੂੰ ਸੁੱਟ ਕੇ ਵੋਟਾਂ ਲੈਂਦੇ ਰਹੇ। ਬੀਜੇਪੀ ਨੂੰ ਵੀ ਦਿੱਲੀ 'ਚ ਵੋਟਾਂ ਦਿਵਾਉਣ ਦੇ ਲਈ ਇਹੀ ਪ੍ਰੋਪੇਗੈਂਡਾ ਹੁੰਦਾ ਸੀ ਕਿ ਜੀ ਦੇਖੋ ਕਾਂਗਰਸ ਨੇ ਤਾਂ ਘੱਲੂਘਾਰਾ ਵਰਤਾਇਆ, ਜੂਨ 84 ਨਵੰਬਰ 84 ਕੀਤਾ। ਹਾਂਜੀ, ਅਤੇ ਸਿੱਖਾਂ 'ਚ ਵੀ ਕਾਂਗਰਸ ਦੇ ਖਿਲਾਫ਼, ਇੰਦਰਾ ਗਾਂਧੀ ਦੇ ਖਿਲਾਫ਼ ਗੁੱਸਾ ਸੀ, ਜ਼ਾਹਰ ਹੈ ਰਾਜੀਵ ਗਾਂਧੀ ਦੇ ਖਿਲਾਫ਼। ਅਤੇ ਇੱਕ ਤਬਕਾ ਜਿਹੜਾ ਦੂਸਰੀਆਂ ਧਿਰਾਂ ਵੱਲੋਂ, ਜਿਨ੍ਹਾਂ ਦੇ ਵਿੱਚ ਉਸ ਵੇਲੇ ਚੰਦਰ ਸ਼ੇਖਰ ਹੈ, VP ਸਿੰਘ ਹੈ, ਜਾਂ ਜਿਨ੍ਹਾਂ ਨੂੰ ਸਿੱਖ ਸਮਝਦੇ ਸੀ ਕਿ ਰੈਲੇਟਿਵਲੀ ਸਾਡੇ ਦੋਸਤ ਧਿਰਾਂ ਨੇ ਜਾਂ ਹਮਦਰਦ ਨੇ, ਉਹਨਾਂ ਪ੍ਰਤੀ ਉਹ ਸੋਫਟ ਕਾਰਨਰ ਰੱਖਦੇ ਸੀ। ਪਰ ਇਹਨਾਂ 30 ਸਾਲਾਂ ਨੇ ਬਹੁਤ ਸਾਰੀ ਮਿਸਟ ਜਿਹੜੀ ਹੈ, ਧੁੰਦ ਜਿਹੜੀ ਸੀ, ਉਹਨੂੰ ਛਾਣ ਦਿੱਤਾ, ਉਹ ਛੱਟ ਗਈ ਹੈ। ਅਤੇ ਇਹ ਜ਼ਾਹਰ ਹੈ ਕਿ ਇਹਨਾਂ 30 ਸਾਲਾਂ 'ਚ ਰਾਜੀਵ ਗਾਂਧੀ ਤੋਂ ਲੈ ਕੇ ਹੁਣ ਨਰਿੰਦਰ ਮੋਦੀ ਤੱਕ ਲਗਭਗ 1 ਦਰਜਨ ਪ੍ਰਾਈਮ ਮਿਨਿਸਟਰ ਆਏ। ਹਾਂਜੀ, ਮਿਸ਼ਰਾ ਕਮਿਸ਼ਨ ਤੋਂ ਲੈ ਕੇ ਨਾਨਾਵਤੀ ਕਮਿਸ਼ਨ ਤੱਕ, ਜੀ, ਔਰ CBI ਦੀ ਇੱਕ ਤੋਂ ਬਾਅਦ ਇੱਕ ਇਨਕੁਆਇਰੀ ਦੇ ਹਵਾਲੇ ਨਾਲ ਛੋਟੀ ਕੋਰਟ ਤੋਂ ਲੈ ਕੇ ਉੱਪਰਲੇ ਤੱਕ। ਹਾਂਜੀ, ਸੋ ਇੱਕ ਪਾਸੇ 30 ਸਾਲ ਬਾਅਦ ਇਹ ਗੱਲ ਹੁਣ ਕਨਕਲੂਸਿਵਲੀ ਸਾਹਮਣੇ ਆਈ ਹੈ ਕਿ ਇਸ ਹਮਾਮ ਦੇ ਵਿੱਚ ਸਾਰੇ ਨੰਗੇ ਨੇ, ਸਾਰੀਆਂ ਧਿਰਾਂ ਦੁਸ਼ਮਣ ਦੀਆਂ, ਸਾਰੀਆਂ ਹੀ ਪਾਰਟੀਆਂ, ਕਿਉਂਕਿ ਇਸ ਸਮੇਂ 'ਚ ਵਾਜਪਾਈ ਦੀ ਸਰਕਾਰ ਵੀ ਆਈ, VP ਸਿੰਘ ਵੀ ਪ੍ਰਾਈਮ ਮਿਨਿਸਟਰ ਬਣਿਆ ਸ਼ਾਰਟ ਟਰਮ ਲਈ, ਭਾਵੇਂ ਚੌਧਰੀ ਚਰਨ ਸਿੰਘ ਵੀ ਬਣਿਆ, ਚੰਦਰ ਸ਼ੇਖਰ ਵੀ ਬਣਿਆ। ਸੋ ਸਿੱਖਾਂ ਦੇ ਮਾਮਲੇ, ਜਿਹੜੀ ਗੱਲ ਮੈਂ ਸਮਝਦਾ ਹਾਂ ਵੀ ਜਿਹੜੇ ਸੂਝਵਾਨ ਸਿੱਖਾਂ ਨੂੰ ਤਾਂ ਪਹਿਲਾਂ ਹੀ ਪਤਾ ਸੀ, ਪਰ ਜਿਹੜੇ ਫੈਂਸਿਟਰ ਸੀ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਆ ਗਈ ਹੈ ਕਿ ਐਨਮੀ ਦਾ ਲੇਬਲ ਕਾਂਗਰਸ ਦਾ ਹੋਏ, BJP ਦਾ ਹੋਏ, ਜਾਂ ਬਾਦਲ ਅਕਾਲੀ ਦਲ ਜਿਹੜੇ ਦੁਸ਼ਮਣ ਦੀ ਕੁਹਾੜੀ ਦਾ ਦਸਤਾ ਨੇ, ਅਲਟੀਮੇਟਲੀ ਇਹਨਾਂ ਸਾਰਿਆਂ ਨੇ ਹੀ ਸਿੱਖ ਨਸਲਕੁਸ਼ੀ ਨੂੰ ਪਰਦਾ ਪਾਉਣ ਦਾ ਉਸ ਦੇ ਉੱਤੇ ਯਤਨ ਕੀਤਾ। ਪਰਪੀਟ੍ਰੇਟਰਸ ਨੂੰ ਸਜ਼ਾ ਤਾਂ ਕੀ ਦੇਣੀ ਸੀ, ਇਹ ਇਸ ਲੈਵਲ ਤੱਕ ਗਏ ਕਿ ਜੀ ਭੁੱਲ ਜਾਓ, ਹਾਂਜੀ ਮੂਵ ਫੋਰਵਰਡ, ਪਿਛਲੀ ਗੱਲ ਛੱਡੋ। ਔਰ ਹਾਲਾਂਕਿ ਹੁਣ ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਮੁੰਬਈ ਦੇ ਵਿੱਚ 6 ਸਾਲ ਪਹਿਲਾਂ ਜਿਹੜੀ ਹੈ ਦਹਿਸ਼ਤਗਰਦ ਹਮਲੇ ਦੀ ਦੇ 6 ਸਾਲ ਬੜੀ ਉਹਦੀ ਯਾਦ ਮਨਾਈ ਜਾ ਰਹੀ ਹੈ, ਔਰ ਮੋਦੀ ਨੇ ਕਿਹਾ ਕਿ ਜੀ ਇਹ ਐਸਾ ਘਾਵ ਹੈ ਕਿ ਹਮ ਕਭੀ ਭੁੱਲ ਹੀ ਨਹੀਂ ਸਕਤੇ। ਹੁਣ ਇੱਕ ਪਾਸੇ ਇਹਨਾਂ ਦਾ ਆਪਣਾ ਇਹ ਹਾਲ ਹੈ, ਇੱਕ ਵੱਖਰੀ ਗੱਲ ਹੈ ਵੀ ਉਹਦੇ ਬਿਹਾਈਂਡ ਕੌਣ ਹੈ ਜਾਂ ਕਿਸ ਤਰੀਕੇ ਦੇ ਨਾਲ ਈਵਨ ਉਹਨਾਂ ਨੇ ਐਵੀਡੈਂਸ ਮਿਸਟਰ ਕਾਰਕਰੇ ਜਿਹੜਾ ਕਿ ਅਨਰਥ ਕਰ ਰਿਹਾ ਸੀ ਕਿ ਸਮਝੌਤਾ ਐਕਸਪ੍ਰੈਸ ਵਰਗੀ ਟ੍ਰੇਨ 'ਚ ਕਿਵੇਂ ਕਰਨਲ ਪ੍ਰੋਤ, ਸਾਧਵੀ ਪ੍ਰਗਿਆ ਸ਼ਾਮਲ ਨੇ, ਇਸ ਬਹਾਨੇ ਨਾਲ ਉਹਨੂੰ ਵੀ ਐਲੀਮੀਨੇਟ ਕਰ ਦਿੱਤਾ ਗਿਆ। ਪਰ ਇਹਨਾਂ ਨੂੰ ਕੋਈ ਪੁੱਛੇ ਕਿ ਵੀ ਤੁਹਾਡੀ ਫੇਲਿਓਰ ਦੇ ਬਾਵਜੂਦ ਇੱਕ ਲੜਾਈ ਹੈ, ਤੁਸੀਂ ਵੀ ਪ੍ਰੋਕਸੀ ਵਾਰ ਲੜ ਰਹੇ ਹੋ, ਦੂਜੇ ਪਾਸੇ ਵੀ ਹੋ ਸਕਦਾ ਹੋਏ, ਉਹ ਤਾਂ ਤੁਹਾਨੂੰ ਭੁੱਲਦਾ ਨਹੀਂ ਹੈ। 30 ਸਾਲਾਂ 'ਚ ਤੁਸੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਜਿਹੜੇ ਨੇ ਉਹ ਮਾਰ ਮੁਕਾਏ, ਬਿਲੀਅਨਸ ਦੀ ਉਹਨਾਂ ਦੀ ਜਾਇਦਾਦ ਤਬਾਹ ਕੀਤੀ, ਸੈਂਕੜਿਆਂ ਬੀਬੀਆਂ ਦੇ ਨਾਲ ਜ਼ਬਰ ਜਨਾਹ ਹੋਇਆ, ਔਰ ਇਹਦੇ ਬਾਵਜੂਦ ਸਿਸਟਮ 'ਚੋਂ ਕੁਛ ਨਹੀਂ ਨਿਕਲਿਆ। ਸੋ ਮੈਂ ਸਮਝਦਾ ਵੀ ਇੱਕ ਤਾਂ ਜਿਹੜੀ ਇਹਦੀ ਗੇਨ ਹੈ 30 ਸਾਲ ਬਾਅਦ ਕਿ ਐਨਮੀ ਬੜਾ ਕਲੀਅਰਲੀ ਆਈਡੈਂਟੀਫਾਈਡ ਹੈ ਕਿ ਉਹ ਇਕੱਲਾ ਕਾਂਗਰਸ ਜਾਂ BJP ਜਾਂ ਕੋਈ ਇੱਕ ਧਿਰ ਨਹੀਂ, ਇਹ ਮੈਜੋਰਿਟੀ ਉਹ ਲੋਕ ਨੇ ਜਿਨ੍ਹਾਂ ਦੇ ਹੱਥ 'ਚ ਅੱਜ ਦੇਸ਼ ਹੈ ਜਾਂ ਜਿਹੜੇ ਉਸ ਦੇਸ਼ ਨੂੰ ਰਨ ਕਰ ਰਹੇ ਨੇ। ਦੂਸਰਾ ਪਾਰਟ ਸਿੱਖ ਕੌਮ ਦੇ ਹਵਾਲੇ ਨਾਲ ਹੈ। ਮੈਂ ਸਮਝਦਾ ਵੀ ਸਿੱਖਾਂ 'ਚ ਵੀ ਇੱਕ ਤਬਕਾ ਸਮੇਂ ਦੇ ਨਾਲ ਪੌਪ ਅਪ ਹੋਇਆ ਸੀ ਜਿਹੜਾ ਇਹ ਲਾਹਾ ਤਾਂ ਲੈਂਦਾ ਸੀ, ਲੇਕਿਨ ਦੂਜੇ ਪਾਸਿਓਂ ਸਾਨੂੰ ਭੁੱਲਣ ਦੇ ਲਈ ਜਾਂ ਭੁਲਾਉਣ ਦੇ ਲਈ, ਜਿਹਨਾਂ 'ਚ ਬਾਦਲ ਦਲ ਉੱਥੇ ਔਰ ਬਾਹਰ ਵੀ ਇਸ ਕਿਸਮ ਦੇ ਓਪਰਚੁਨਿਸਟ,
ਪਰ 30 ਸਾਲ ਬਾਅਦ ਹੁਣ ਇਸ ਗੱਲ ਦੀ ਸਪਿਨ ਇੰਨੀ ਜ਼ੋਰਦਾਰ ਹੈ ਹਾਂਜੀ ਕਿ ਇਸ ਸਪਿਨ ਦੇ ਥੱਲੇ ਸਾਰੇ ਹੀ ਜਿਹੜੇ ਨੇ ਉੜ ਗਏ ਔਰ ਕੌਮ ਨੇ ਐਤਕੀ ਹਾਲਾਂਕਿ ਕੋਈ ਸਾਲਾਂ ਦਾ ਫਰਕ ਨਹੀਂ ਪੈਂਦਾ 29 ਨੇ ਕਿ 31 ਨੇ ਅਸੀਂ ਜਸਟਿਸ ਲੈਣਾ ਨੋ ਮੈਟਰ 100 ਸਾਲ ਲੱਗ ਜਾਏ ਹਾਂਜੀ ਪਰ ਇਸ ਵਾਰ ਜਿਸ ਤੇਜ਼ੀ ਦੇ ਨਾਲ ਇਹ ਸਾਰੀ ਗੱਲ ਹੋਰ ਵੀ ਤੇਜ਼ ਸਪਿਨ ਇਸ ਦੇ ਵਿੱਚ ਆਈ ਜਿਵੇਂ ਥਾਂ ਥਾਂ ਸੈਮੀਨਾਰਸ ਕੈਂਡਲ ਲਾਈਟ ਵਿਜਲਸ ਔਰ ਦੂਸਰਾ ਪਾਰਟ ਹਰ ਥਾਂ ਤੇ ਕੋਈ ਨਾ ਕੋਈ ਐਕਟੀਵਿਟੀ ਹਰ ਇੱਕ ਨੇ ਕੀਤੀ ਔਰ ਯੰਗਸਟਰਸ ਦੇ ਹਵਾਲੇ ਨਾਲ ਜਿਵੇਂ ਤੁਸੀਂ ਪੁੱਛਿਆ ਸਿੱਖਸ ਫਾਰ ਜਸਟਿਸ ਦਾ ਸੋਵਰਨਟੀ ਮਾਰਚ ਹੋਏ ਰੈਲੀ ਹੋਏ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਯੰਗਸਟਰਸ ਬੱਚੇ ਬੱਚੀਆਂ ਜਿਹਨਾਂ 'ਚੋਂ ਬਹੁਤਿਆਂ ਦਾ ਜਨਮ ਹੀ 84 ਤੋਂ ਬਾਅਦ ਹੋਇਆ ਉਹ ਉਹਦੇ ਪਾਰਟਿਸਪੈਂਟ ਨੇ ਸੋ ਆਲਰੇਡੀ ਨੈਕਸਟ ਜਨਰੇਸ਼ਨ ਨੇ ਵੀ ਉਹ ਝੰਡਾ ਚੁੱਕ ਲਿਆ ਔਰ ਇਸ ਸਾਰੇ ਦੇ ਨਾਲ ਮੈਂ ਇਹ ਸਮਝਦਾ ਵੀ ਜਿਹੜਾ ਸਾਡਾ ਰਿਜ਼ੋਲਵ ਹੈ ਕਿ ਵੀ ਅਸੀਂ ਜਸਟਿਸ ਲੈਣਾ ਔਰ ਸਿੱਖਸ ਫਾਰ ਜਸਟਿਸ ਨੇ ਇੱਕ ਗੱਲ ਜਿਸ ਤਰੀਕੇ ਨਾਲ ਉਹਨਾਂ ਨੇ ਲਿਟੀਗੇਸ਼ਨ ਪ੍ਰੋਸੈਸ ਦਾ ਸਹਾਰਾ ਲਿਆ ਇੰਡੀਅਨ ਕੋਰਟਸ ਦੇ ਵਿੱਚ ਵੀ ਉਹ ਟਾਈਟਲਰ ਹੋਏ ਸੱਜਣ ਕੁਮਾਰ ਹੋਏ ਦੂਜੇ ਵੀ ਔਰ ਬਾਹਰ ਵੀ ਔਰ ਉਹਨਾਂ ਨੇ ਇਸ ਕੰਕਲੂਜਨ ਤੇ ਲਿਆ ਕੇ ਖੜਾ ਕਰ ਦਿੱਤਾ ਕਿ ਬਈ ਸਾਡੇ ਲਈ ਹੁਣ ਜਸਟਿਸ ਦਾ ਮਤਲਬ ਸੋਵਰਨਿਟੀ ਹੈ ਕੱਲ ਨੂੰ ਇੱਕ ਉਹ ਵੀ ਕਲਾਸ ਸੀ ਜਿਹੜੀ ਕਹਿੰਦੇ ਸੀ ਜੀ ਅਦਾਲਤਾਂ 'ਚ ਅਸੀਂ ਕੇਸ ਹੀ ਨਹੀਂ ਲੜੇ ਚੰਗੀ ਤਰ੍ਹਾਂ ਅਸੀਂ ਲੜਦੇ ਜੀ ਇੱਥੇ ਲੜਦੇ ਜੀ ਉੱਥੇ ਲੜਦੇ ਜੀ ਗੱਲ ਹੋ ਜਾਂਦੀ ਸੋ ਹੁਣ ਇਹ ਹੋ ਗਿਆ ਕਿ ਬਈ ਆਲ ਅਦਰ ਮੇਸ਼ਰਸ ਹੈਵ ਐਗਜ਼ੌਸਟਿਡ ਫੋਰ ਅਸ ਕਿਉਂਕਿ ਸਾਨੂੰ ਕਿਤੋਂ ਜਸਟਿਸ ਨਹੀਂ ਮਿਲਿਆ ਔਰ ਅਸੀਂ ਫਾਈਨਲ ਕੰਕਲੂਜਨ ਤੇ ਆ ਕੇ ਖਲੋ ਗਏ ਕਿ ਸਿਰਫ ਸਾਡੇ ਮਸਲੇ ਦਾ ਹੱਲ ਔਰ ਸਾਡੇ ਲਈ ਹੁਣ ਜਸਟਿਸ ਦਾ ਮਤਲਬ ਕਿਸੇ ਨੂੰ ਸਜ਼ਾ ਦੇਣਾ ਦਵਾਣਾ ਨਹੀਂ ਹੈ ਉਹ ਕਿਸੇ ਨੇ ਦੇਣੀ ਵੀ ਨਹੀਂ ਹੈ ਸਾਡੇ ਲਈ ਜਸਟਿਸ ਦਾ ਮਤਲਬ ਸੋਵਰਨਿਟੀ ਹੈ ਸੋ ਮੈਂ ਸਮਝਦਾ ਵੀ 30 ਸਾਲ ਬਾਅਦ ਸਾਡੇ ਨਿਸ਼ਾਨੇ ਤੋਂ ਵੀ ਧੁੰਦ ਛੱਟ ਗਈ ਕਿ ਸਾਡਾ ਅਲਟੀਮੇਟ ਨਿਸ਼ਾਨਾ ਕੀ ਹੈ ਔਰ ਸਾਡਾ ਅਲਟੀਮੇਟ ਐਨਮੀ ਕੌਣ ਹੈ ਉਸ ਤੋਂ ਵੀ ਧੁੰਦ ਛੱਟ ਗਈ ਸੋ ਦਿਸ ਇਜ਼ ਅ ਰਿਮਾਰਕੇਬਲ ਬਿਲਕੁਲ ਬਿਲਕੁਲ ਤੇ ਵੀਰ ਜੀ ਆਈ ਵੁਡ ਲਾਈਕ ਟੂ ਆਸਕ ਜਿਸ ਤਰ੍ਹਾਂ 10 ਨਵੰਬਰ ਨੂੰ ਸਿੱਖਸ ਫੋਰ ਜਸਟਿਸ ਵੱਲੋਂ ਹਾਰਵੀ ਸਿਟੀ ਕਾਉਂਸਲ ਤੋਂ ਸਿੱਖ ਨਸਲਕੁਸ਼ੀ ਨੂੰ ਮਾਨਤਾ ਦਿਵਾਉਣ ਵਾਲਾ ਇੱਕ ਵੱਡਾ ਸਾਰਾ ਤੁਸੀਂ ਸਟੈਪ ਕੀਤਾ ਹੈ ਇਸ ਬਾਰੇ ਵੀ ਪੂਰੇ ਵੇਰਵੇ ਦੇ ਨਾਲ ਸਾਰੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਦੇਖੋ ਉਹਦੇ ਚ ਵਿੱਚ ਜਿਹੜੀ ਯੂਨਾਈਟਿਡ ਨੇਸ਼ਨਸ ਨੂੰ ਰਿਪੋਰਟ ਜਿਹੜੀ ਦਿੱਤੀ ਗਈ ਹੈ ਬਣਾਈ ਗਈ ਹੈ ਜੀ ਬੜੀ ਬਰੀਫ ਰਿਪੋਰਟ ਹੈ ਔਰ ਸਾਰੀ ਤੱਥਾਂ ਦੇ ਆਧਾਰ ਦੇ ਉੱਤੇ ਹੈ ਹਾਂਜੀ ਜਿਹੜੀ ਵਿਟਨੈਸ ਟੈਸਟੀਮਨੀਜ਼ ਹੈ ਔਰ ਜਿਹੜਾ ਇੰਡੀਆ ਦਾ ਹੀ ਕਾਨੂੰਨ ਹੱਕ ਦਿੰਦਾ ਸੀ ਉੱਥੋਂ ਤੁਸੀਂ ਡਾਕੂਮੈਂਟ ਕੱਢੋ ਜਿਹੜੇ ਕਿ 2 ਸਾਲ ਪਹਿਲੇ ਜਦੋਂ 2007 'ਚ ਅਸੀਂ ਡਾਕੂਮੈਂਟਸ ਕੱਢੇ ਉਹਦੇ 'ਚੋਂ ਜੋ ਸਾਹਮਣੇ ਆਇਆ ਅਸੀਂ ਉਸਨੂੰ ਆਧਾਰ ਬਣਾਇਆ ਫਿਰ ਇਹਨਾਂ ਨੇ ਜਿਹੜੀ 30,000 ਸਿੱਖ ਮਾਰ ਦਿੱਤੇ ਅਤੇ 717 ਕਰੋੜ ਜਿਹੜਾ ਮੁਆਵਜ਼ਾ ਦਿੱਤਾ ਹੁਣ ਜੇ ਸਿੱਖ 30,000 ਤੋਂ ਵੱਧ ਮਾਰੇ ਗਏ ਹੈ ਨਸਲਕੁਸ਼ੀ ਉਹਨਾਂ ਦੀ ਹੋਈ ਹੈ ਹਾਂਜੀ ਅਤੇ 37,000 ਤੋਂ ਵੱਧ ਪਰਿਵਾਰਾਂ ਨੂੰ ਇਹਨਾਂ ਨੇ ਮੁਆਵਜ਼ਾ ਦਿੱਤਾ ਜੀ ਜੇ ਇਹ ਮੰਨਦੀ ਹੈ ਸਰਕਾਰ ਵੀ ਮਾਰੇ ਗਏ ਹੈ ਸਿੱਖ ਅਤੇ ਮੁਆਵਜ਼ਾ ਦਿੱਤਾ ਹੈ ਲੇਕਿਨ ਇਹਨਾਂ ਨੂੰ ਅੱਜ ਤੱਕ ਇਹ ਨਹੀਂ ਲੱਭ ਸਕਿਆ ਕਿ ਮਾਰੇ ਕਿੰਨੇ ਸੀ ਔਰ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਜਦੋਂ ਸਿਸਟਮ ਜਿੱਦਾਂ ਡਾਕਟਰ ਸਾਹਿਬ ਨੇ ਕਿਹਾ ਵੀ ਅਨਅਰਥ ਹੋ ਚੁੱਕਾ ਜਦੋਂ ਉਸ ਸਮੇਂ ਦੀ ਸਰਕਾਰ ਨੇ ਸਿੱਖ ਮਾਰੇ ਔਰ ਆਉਣ ਵਾਲੇ ਸਮੇਂ ਦੀ ਸਰਕਾਰਾਂ ਨੇ ਉਸ 'ਤੇ ਪਰਦਾ ਪਾਇਆ ਸਿੱਖ ਵਿਰੋਧੀ ਦੰਗੇ ਕਹਿ ਕੇ ਜੀ 30 ਸਾਲਾਂ ਬਾਅਦ ਇਹ ਡਾਕੂਮੈਂਟ ਇਹ ਪ੍ਰੂਵ ਕਰਦੇ ਹੈ ਕਿ ਸਿੱਖ ਨਸਲਕੁਸ਼ੀ ਹੋਈ ਹਾਂਜੀ ਉਹੀ UN ਦੀ ਰਿਪੋਰਟ ਜਿਹੜੀ ਹੈ ਅਸੀਂ ਉਹ ਸਿਟੀ ਆਫ ਹਾਰਵੀ ਦੇ ਜਿਹੜਾ ਮੇਅਰ ਹੈ ਮਿਸਟਰ ਕੈਲਗ ਉਹਨਾਂ ਦੇ ਸਾਥੀਆਂ ਨੂੰ ਜਿਹੜੀਆਂ ਦਿੱਤੀਆਂ ਹਾਂਜੀ ਔਰ ਉਹਨਾਂ ਨੇ ਜਦੋਂ ਰਿਪੋਰਟ ਪੜ੍ਹੀ ਔਰ ਜਦੋਂ ਉਹਨਾਂ ਨੇ ਟੈਸਟੀਮਨੀ ਵਿਟਨੈਸ ਦੀ ਦੇਖੀ ਉਸ ਦਿਨ 10 ਨਵੰਬਰ ਹਾਂਜੀ ਉਹਨਾਂ ਨੇ ਉਹ ਵੇਖ ਕੇ ਇਹ ਡਿਕਲੇਅਰ ਕੀਤਾ ਕਿ ਜੋ ਨਵੰਬਰ 1984 'ਚ ਸਿੱਖਾਂ ਦੀ ਕਤਲੋਗਾਰਤ ਇੱਕ ਸਿਸਟਮੈਟਿਕ ਤਰੀਕੇ ਨਾਲ ਇੰਡੀਆ ਦੇ ਪੂਰੇ ਭਾਰਤ ਦੇ ਵਿੱਚ ਹੋਈ ਹੈ ਜੀ ਉਹ ਸਿੱਖ ਨਸਲਕੁਸ਼ੀ ਹੈ ਦੈਟ ਇਜ਼ ਅ ਜੈਨੋਸਾਈਡ ਐਜ਼ ਪਰ UN ਕਨਵੈਨਸ਼ਨਸ ਔਰ US ਲਾਅ ਦੇ ਮੁਤਾਬਕ ਵੀ ਜੀ ਔਰ ਇਹੀ ਮੁੱਦਾ ਜਿਹੜਾ ਹੈ ਉਹ ਅਸੀਂ ਹੁਣ ਅੱਗੇ UN ਤੱਕ ਪਹੁੰਚ ਕੀਤੀ ਸੀ ਹਾਂਜੀ ਕੋਰਟਸ ਤੱਕ ਪਹੁੰਚ ਕੀਤੀ ਸੀ ਅਸੀਂ ਹੁਣ ਦੁਨੀਆ ਦੀ ਕਚਹਿਰੀ ਤੱਕ ਹਰ ਉਸ ਦੇਸ਼ ਦੇ ਵਿੱਚ ਹਰ ਉਸ ਇਨਸਾਨ ਦੇ ਸਾਹਮਣੇ ਲੈ ਕੇ ਜਾਵਾਂਗੇ ਔਰ ਇਹ ਮੁੱਦਾ ਜਿਹੜਾ ਹੈ ਇੱਕ ਆਮ ਜਨਤਾ ਤੱਕ ਅਸੀਂ ਪਹੁੰਚਾ ਦਿਆਂਗੇ ਜੀ ਵਿਜੇ ਆਮ ਆਸਕ ਯੂ ਅ ਲਿਟਲ ਮੋਰ ਡੀਟੇਲ ਅਬਾਊਟ ਦਿਸ ਆਰ ਜਸਟ ਤੁਸੀਂ ਕੀਤੀ ਆ ਇਹ ਜਿਹੜਾ ਰੈਜ਼ੋਲੂਸ਼ਨ ਤੁਸੀਂ ਦਿੱਤਾ ਸੀਗਾ ਵਿੱਚ ਕਿਸ ਕਿਸ ਤਰ੍ਹਾਂ ਦੇ ਪੁਆਇੰਟਸ ਸੀ ਆਈ ਵੁੱਡ ਲਾਈਕ ਟੂ ਆਸਕ ਯੂ ਅਬਾਊਟ ਦੈਟ ਦੇਖੋ ਜਿੱਦਾਂ ਰਿਪੋਰਟ ਤੋਂ ਸ਼ੁਰੂ ਕੀਤਾ ਸੀ ਅਸੀਂ ਹਾਂਜੀ ਨਵੰਬਰ 1984 ਦੀ ਇਹ ਰਿਪੋਰਟ ਹੈ ਹਾਂਜੀ ਕਿ 3 ਦਿਨਾਂ ਦੇ ਵਿੱਚ ਹਾਂਜੀ 30,000 ਤੋਂ ਵੱਧ ਸਿੱਖ ਜਿਹੜੇ ਆ ਪੂਰੇ 19 ਸਟੇਟਾਂ ਦੇ ਵਿੱਚ ਮਾਰ ਮੁਕਾਏ ਗਏ ਹਾਂਜੀ ਹੁਣ ਜਾਂ ਤਾਂ ਉਸ ਦੇਸ਼ ਦੇ ਵਿੱਚ ਡਿਕਟੇਟਰਸ਼ਿਪ ਹੋਵੇ ਜਾਂ ਉਸ ਦੇ ਵਿੱਚ ਆਰਮੀ ਨਾ ਹੋਵੇ ਜਾਂ ਉੱਥੋਂ ਦੀ ਤੁਹਾਡੇ ਕੋਈ ਵੀ ਕੰਟਰੋਲ ਨਾ ਹੋਵੇ ਮਾਬਸ ਦੇ ਉੱਤੇ ਜਿਹਨੂੰ ਡੈਥ ਸਕੁਐਡਸ ਆਪਾਂ ਕਹਿੰਦੇ ਸੀ ਜਿਵੇਂ ਇਹਨਾਂ ਨੇ ਦੱਸਿਆ ਜੀ ਪਰ ਜਿਹੜੇ ਡਾਕੂਮੈਂਟ ਅਸੀਂ ਪ੍ਰੋਡਿਊਸ ਕੀਤੇ ਆ ਦਿੱਲੀ ਦੂਰਦਰਸ਼ਨ ਦੀ ਜਿਹੜੀਆਂ ਰਿਪੋਰਟਾਂ ਹੈ ਹਾਂਜੀ ਨਵੰਬਰ 1984 ਦੀਆਂ ਜਿਹੜੀ ਸਭ ਤੋਂ ਪਹਿਲੀ ਰਿਪੋਰਟ ਸੀਗੀ
ਉਹਦੇ ਵਿੱਚ ਸ਼ਰੇਆਮ ਲਿਖਿਆ ਹੋਇਆ ਕਿ ਦਿੱਲੀ ਦੂਰਦਰਸ਼ਨ ਨੂੰ ਯੂਜ਼ ਕੀਤਾ ਗਿਆ ਔਰ ਉਹਦੇ 'ਚ ਬਲੱਡ ਫਾਰ ਬਲੱਡ ਦੇ ਖੂਨ ਕਾ ਬਦਲਾ ਖੂਨ ਦੇ ਨਾਅਰੇ ਲਾਏ ਗਏ। ਹਾਂਜੀ। ਸੋ ਇਸਦਾ ਮਤਲਬ ਹੈ ਵੀ ਜੇ ਇਹ ਭੀੜ ਭੜਕੀ ਹੁੰਦੀ ਤਾਂ ਜਿਹੜੀ ਸਿੱਖਾਂ ਦੀ ਕਿਲਿੰਗ ਹੈ ਉਹ 31 ਅਕਤੂਬਰ ਨੂੰ ਹੋਣੀ ਸੀ। ਹਾਂਜੀ। ਲੇਕਿਨ ਜਿਹੜੀਆਂ ਵੋਟਰ ਲਿਸਟਾਂ ਯੂਜ਼ ਕੀਤੀਆਂ ਗਈਆਂ ਜੀ, ਹਰਿਆਣੇ ਦਾ ਚੀਫ ਮਿਨਿਸਟਰ ਸੀ ਭਜਨ ਲਾਲ, ਮਧੂਬਨ ਟ੍ਰੇਨਿੰਗ ਸੈਂਟਰ ਚੋਂ ਜਿਹੜੇ ਕਮਾਂਡੋਜ਼ ਭੇਜੇ ਗਏ ਪੂਰੇ ਆਲ ਓਵਰ ਨਾਰਥ ਅਮਰੀਕਾ, ਸੌਰੀ ਨਾਰਥ ਇੰਡੀਆ ਦੇ ਵਿੱਚ, ਹਾਂਜੀ, ਔਰ ਉਹ ਬੱਸਾਂ ਰਾਹੀਂ ਭੇਜੇ ਗਏ, DTC ਦੀ ਬੱਸਾਂ ਯੂਜ਼ ਕੀਤੀਆਂ ਗਈਆਂ ਔਰ ਜਿੱਥੇ ਜਿੱਥੇ ਇਹਨਾਂ ਦੀਆਂ ਸਰਕਾਰਾਂ ਸੀ, ਚਾਹੇ ਉਹ ਕਾਂਗਰਸ ਦੀ ਸੀ ਚਾਹੇ ਦੂਜੀਆਂ ਸਰਕਾਰਾਂ ਸੀ ਉਸ ਵਕਤ, 19 ਸਟੇਟਾਂ 'ਚੋਂ 17 'ਚ ਕਾਂਗਰਸ ਦੀ ਸਰਕਾਰ ਸੀ। ਸੋ ਆਪਣਾ ਪੂਰਾ ਇਹਨਾਂ ਨੇ ਦੇਸ਼ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਉਹਨੂੰ ਯੂਜ਼ ਕਰਕੇ ਹਾਂਜੀ ਸਿੱਖਾਂ ਨੂੰ ਕਤਲੋਗਾਰਤ ਕਰਵਾਈ ਔਰ ਇੱਕ ਨਸਲਕੁਸ਼ੀ ਹੋਈ। ਉਹ ਜਿਹੜੀ ਡਾਕੂਮੈਂਟ ਹੈ ਉਹ ਅਸੀਂ ਰਿਪੋਰਟ ਦੇ ਵਿੱਚ ਸਾਰੇ ਪੇਸ਼ ਕੀਤੇ ਸੀ ਜੀ, ਔਰ ਜਦੋਂ ਵਿਟਨੈਸ ਟੈਸਟੀਮਨੀ ਉਹਨਾਂ ਦੋਹਾਂ ਦੀ ਲਈ, ਬੀਬੀ ਗੁਰਦੀਪ ਕੌਰ ਦੀ ਤੇ ਜਸਬੀਰ ਸਿੰਘ ਦੀ, ਹਾਂਜੀ, ਜਿਹੜੀ ਕਿ ਲਾਈਵ ਵੀ ਵਿਖਾਈ ਗਈ ਪੂਰੇ ਨਾਰਥ ਅਮਰੀਕਾ ਦੇ ਵਿੱਚ ਜੀ, ਤੁਸੀਂ ਹਾਰਵੀ ਸਿਟੀ ਕਾਉਂਸਲ ਦੇ ਹਵਾਲੇ ਨਾਲ ਗੱਲ ਕਰ ਰਹੇ ਹੋ? ਜੀ 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 ਜੀ। ਉਹ ਜਦੋਂ ਉਹਨਾਂ ਨੂੰ ਦਿਖਾਈ ਗਈ ਹਾਂਜੀ ਤੇ ਉਹਨਾਂ ਨੇ ਉਸ ਵਕਤ ਰੈਜ਼ੋਲੂਸ਼ਨ ਜਿਹੜਾ ਹੈ ਜੋ ਵਾਸ਼ਿੰਗਟਨ ਉਹਨੇ ਪੇਸ਼ ਕੀਤਾ ਵੀ ਜੋ ਤੁਹਾਨੂੰ ਦਿਖਾਇਆ ਗਿਆ ਜੋ ਤੁਹਾਨੂੰ ਦਿੱਤਾ ਉਹ US ਲਾ ਦੇ ਤੇ UN ਕਨਵੈਨਸ਼ਨ ਦੇ ਅਧੀਨ ਜੈਨੋਸਾਈਡ ਬਣਦਾ। ਉੱਥੇ ਉਹਦੀ ਵੋਟਿੰਗ ਹੋਈ, ਉਹ ਵੀ ਜਿਹੜੀ ਹੈ ਬਿਲਕੁਲ ਲਾਈਵ ਦਿਖਾਈ ਗਈ ਸੀ ਜੀ, ਔਰ ਉਹ ਵੋਟਿੰਗ ਦੇ ਆਧਾਰ ਦੇ ਉੱਤੇ ਉਹਨਾਂ ਨੇ ਉਹਨਾਂ ਨੂੰ ਜੈਨੋਸਾਈਡ ਜਿਹੜਾ ਹੈ ਮੰਨਿਆ ਹਾਂਜੀ, ਤੇ ਜਿਹੜਾ ਮੇਅਰ ਹੈ ਉਹਨੇ ਵੀ ਉਹਦੇ ਤੇ ਸਾਈਨ ਕੀਤੇ ਤੇ ਉਹ ਆਫੀਸ਼ੀਅਲ ਡਾਕੂਮੈਂਟ ਜਿਹੜਾ ਬਣ ਚੁੱਕਾ ਹੈ ਜੀ। ਮੈਂ ਇਹਦੇ 'ਚ ਐਡ ਕਰਨਾ ਚਾਹਾਂਗਾ, ਸ਼ਾਇਦ ਜਿਹੜੀ ਯੰਗਰ ਜਨਰੇਸ਼ਨ ਨੂੰ ਇਹ ਪਤਾ ਨਾ ਹੋਏ ਕਿ ਵੀ ਜਦੋਂ ਤੁਸੀਂ ਜੈਨੋਸਾਈਡ ਰੈਕਗਨਾਈਜ਼ ਕਰਾਉਣ ਤੱਕ ਜਾਂਦੇ ਹੋ, ਜਦੋਂ ਵੀ ਜਿਹੜੀ ਹਕੂਮਤ ਆਪਣੇ ਵਿਰੋਧੀਆਂ ਨੂੰ ਜਾਂ ਮਾਈਨੋਰਿਟੀ ਨੂੰ ਜਾਂ ਰਿਲੀਜੀਅਸ ਜਾਂ ਪੋਲੀਟੀਕਲ ਰਾਈਵਲਸ ਨੂੰ ਐਲੀਮੀਨੇਟ ਕਰਦੀ ਹੈ ਜਾਂ ਉਹਨਾਂ ਦੀ ਨਸਲਕੁਸ਼ੀ ਕਰਦੀ ਹੈ, ਹਾਂਜੀ, ਪਹਿਲਾ ਪਾਰਟ ਹੁੰਦਾ ਕਵਰ ਅਪ, ਫਿਰ ਹੁੰਦਾ ਡਿਨਾਇਲ, ਔਰ ਉਹਦੇ 6 ਸਟੈਪ ਨੇ, ਮੈਂ ਵੇਰਵੇ 'ਚ ਨਹੀਂ ਜਾਵਾਂਗਾ। ਹਾਂਜੀ। ਔਰ ਬਹੁਤ ਵਾਰ ਜਿਵੇਂ ਹੁਣ ਅੱਜ ਤੁਸੀਂ ਦੁਨੀਆਂ ਦੇ ਕਿਸੇ ਬੱਚੇ ਨੂੰ ਪੁੱਛੋ, ਅਮਰੀਕਨ ਜਾਂ ਨੌਨ ਅਮੈਰੀਕਨ ਨੂੰ, ਕਿ ਜੀ ਸੈਕਿੰਡ ਵਰਲਡ ਵਾਰ 'ਚ ਕਿੰਨੇ ਯਹੂਦੀ ਮਾਰੇ, ਕਿਉਂਕਿ 6 ਮਿਲੀਅਨ, ਹਾਂਜੀ, ਹੁਣ ਬਹੁਤਿਆਂ ਨੂੰ ਲੱਗਦਾ ਵੀ ਪਤਾ ਨਹੀਂ ਇਹ ਪਹਿਲੇ ਦਿਨ ਤੋਂ ਹੀ 6 ਮਿਲੀਅਨ ਵਾਲੀ ਗੱਲ ਮੰਨੇ, ਹਾਲਾਂਕਿ ਹਕੀਕਤ ਇਹ ਹੈ ਕਿ 1939 ਤੋਂ 1945 ਤੱਕ ਦੂਸਰਾ ਸੰਸਾਰ ਯੁੱਧ ਚੱਲਿਆ, ਹਾਂਜੀ, ਉਸ ਪੀਰੀਅਡ ਦੇ ਵਿੱਚ ਜਰਮਨ ਹੋਏ, ਵਾਰਸਾ ਹੋਏ ਪੋਲੈਂਡ, ਜਿੱਥੇ 5 ਲੱਖ ਯਹੂਦੀ ਜਿਹੜੇ ਨੇ ਉਹਨਾਂ ਨੇ ਵਾਲ ਦੇ ਵਿੱਚ ਲਿਆ ਕੇ ਚੈਂਬਰ ਦੇ ਵਿੱਚ ਮਾਰੇ, ਜਾਂ ਦੂਸਰੀਆਂ ਥਾਵਾਂ ਯੂਕਰੇਨ ਦੇ ਵਿੱਚ ਹੋਣ, ਹਾਂਜੀ, ਅਮਰੀਕਨ ਪ੍ਰੈਜ਼ੀਡੈਂਟ ਰੂਜ਼ਵੈਲਟ ਜਿਹੜਾ 3 ਟਾਈਮ 4 ਟਾਈਮ ਪ੍ਰੈਜ਼ੀਡੈਂਟ ਰਿਹਾ ਹੈ, ਉਹ ਵੀ ਈਵਨ ਡਿਨਾਇਲ 'ਚ ਸੀ ਵੀ ਕੁਛ ਨਹੀਂ ਹੋਇਆ, ਔਰ ਇਹੀ ਰੀਜ਼ਨ ਸੀ ਕਿ ਜਦੋਂ ਸੈਕਿੰਡ ਵਰਲਡ ਵਾਰ ਖਤਮ ਵੀ ਹੋਇਆ, ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਇਜ਼ਰੀਅਲ ਬਣਾਉਣ ਦਾ ਮਤਾ ਜਾਂ ਇਸ ਨੂੰ ਜੈਨੋਸਾਈਡ ਰੈਕਗਨਾਈਜ਼ ਕਰਨ ਦੀ ਗੱਲ ਰੂਜ਼ਵੈਲਟ ਨੇ ਨਹੀਂ ਕੀਤੀ ਹੈ, ਉਸ ਤੋਂ ਬਾਅਦ ਟਰੂਮੈਨ ਨੇ ਕੀਤੀ, ਔਰ ਕਿਉਂਕਿ ਉਹ ਡਿਨਾਇਲ 'ਚ ਸੀ ਕਿ ਜੀ ਨਹੀਂ ਇਹ ਨਹੀਂ ਹੈ, ਠੀਕ ਹੈ ਥੋੜ੍ਹੇ ਬਹੁਤ ਮਾਰੇ ਗਏ ਹੋਣਗੇ, ਐਨਮੀ ਕਰਦਾ ਹੀ ਹੁੰਦਾ, ਸੋ ਇਹ ਯਹੂਦੀਆਂ ਦੀ ਤਾਕਤ ਹੈ ਕਿ ਓਵਰ ਏ ਪੀਰੀਅਡ ਆਫ ਟਾਈਮ, ਫਿਗਰ 1 ਮਿਲੀਅਨ ਸੀ 2 ਮਿਲੀਅਨ ਸੀ ਸਾਨੂੰ ਨਹੀਂ ਪਤਾ, ਅੱਜ ਤੁਸੀਂ 5 ਮਿਲੀਅਨ ਵੀ ਕਹੋ ਤੁਹਾਨੂੰ ਅਦਾਲਤ 'ਚ ਲੈ ਜਾਣਗੇ, ਹਾਂਜੀ, ਉਹਨਾਂ ਨੇ ਇਸ ਕਦਰ 6 ਮਿਲੀਅਨ ਸਟ੍ਰਿਕ ਕਰਵਾ ਦਿੱਤਾ ਹੈ ਓਵਰ ਏ ਪੀਰੀਅਡ ਆਫ ਟਾਈਮ, ਕਿ ਨਾ ਸਿਰਫ ਇਹ ਫਿਗਰ ਰੈਕਗਨਾਈਜ਼ਡ ਹੈ, ਜੇ ਤੁਸੀਂ ਵਾਸ਼ਿੰਗਟਨ 'ਚ ਜਾਂਦੇ ਹੋ ਹੋਲੋਕਾਸਟ ਮਿਊਜ਼ੀਅਮ, $2 ਬਿਲੀਅਨ US ਕਾਂਗਰਸ ਨੇ ਸੈਂਕਸ਼ਨ ਕੀਤਾ ਹੋਇਆ ਹੋਲੋਕਾਸਟ ਮਿਊਜ਼ੀਅਮ ਦੇ ਬਣਾਉਣ ਲਈ ਬਈ, ਔਰ ਉੱਥੇ ਉਹਨਾਂ ਦੀ ਕਹਾਣੀ ਹੈ ਉਹਨਾਂ ਦੇ ਨਾਲ ਕੀ ਹੋਇਆ। ਇਸੇ ਤਰ੍ਹਾਂ ਅਸੀਂ ਅਰਮੀਨੀਅਨ ਜੈਨੋਸਾਈਡ ਦੀ ਗੱਲ ਕਰਦੇ ਹਾਂ ਕਿ ਵੀ ਡਿਊਰਿੰਗ ਆਟੋਮੈਨ ਅੰਪਾਇਰ 1914-19 ਦੇ ਵਿੱਚ ਹੋਇਆ, ਅੱਜ ਤੱਕ ਵੀ ਡਿਨਾਇਲ 'ਚ ਰਹੇ, ਲੇਕਿਨ ਇਸ ਮੁਲਕ 'ਚ ਅਰਮੀਨੀਅਨ ਕਮਿਊਨਿਟੀ ਨੇ ਆਪਣੇ ਆਪ ਨੂੰ ਔਰਗਨਾਈਜ਼ ਕੀਤਾ, ਹਾਂਜੀ, ਹਰ ਗੌਰਮੈਂਟ ਜਿਹੜੀ ਬਣਦੀ ਸੀ ਜਾਂ ਪ੍ਰੈਜ਼ੀਡੈਂਟ ਰਨ ਕਰਦਾ ਸੀ ਉਹਨੂੰ ਕਹਿੰਦੇ ਸੀ ਜੀ ਤੁਸੀਂ ਦੱਸੋ ਸਾਨੂੰ ਰੈਕਗਨਾਈਜ਼ ਕਰ ਦਿਓ ਕਿ ਨਹੀਂ, ਔਰ ਕਈ ਵਾਰ ਇਹ ਵੀ ਹੁੰਦਾ ਸੀ ਕਿ ਅਰਮੀਨੀਅਨ ਫੰਕਸ਼ਨ ਕਰ ਰਹੇ ਨੇ, ਕਿਉਂਕਿ ਟਰਕੀ ਅੱਜ ਤੱਕ ਵੀ ਡਿਨਾਇਲ 'ਚ ਹੈ ਵੀ ਅਸੀਂ ਕੁਛ ਨਹੀਂ ਕੀਤਾ, ਉਹ ਆ ਕੇ ਉਹਦੇ 'ਚ ਗੜਬੜ ਕਰ ਦਿੰਦੇ ਸੀ ਮੀਟਿੰਗ 'ਚ, ਲੇਕਿਨ ਜਦੋਂ ਪ੍ਰੈਜ਼ੀਡੈਂਟ ਓਬਾਮਾ ਪਹਿਲੀ ਟਰਮ ਵੇਲੇ ਰਨ ਹੋਇਆ ਉਹਨੇ ਕੀਤਾ, ਉਹਨਾਂ ਨੇ ਮਨਾਇਆ ਉਹਨੂੰ ਕਿ ਵੀ ਜੇ ਤੂੰ ਪ੍ਰੈਜ਼ੀਡੈਂਟ ਬਣੇਗਾ ਤਾਂ ਤੂੰ ਅਰਮੀਨੀਅਨ ਜੈਨੋਸਾਈਡ ਨੂੰ ਰੈਕਗਨਾਈਜ਼ ਕਰੇਂਗਾ, ਔਰ ਬੇਸ਼ੱਕ ਓਪਨਲੀ ਨਹੀਂ ਰੈਕਗਨਾਈਜ਼ ਕੀਤਾ ਗਿਆ, ਲੇਕਿਨ ਓਬਾਮਾ ਨੇ ਮੇਕ ਸ਼ੋਰ ਕੀਤਾ ਕਿ ਟਰਕੀ ਦੀ ਗੌਰਮੈਂਟ ਨਾਲ ਮਿਲ ਕੇ ਇੱਕ ਹਿਸਟੋਰੀਅਨਸ ਦਾ ਗਰੁੱਪ ਬਣਿਆ ਹੋਇਆ ਟੂ ਲੀਵ ਦਾ ਪਾਸਟ, ਸੋ ਉਹ ਇਸ ਲੈਵਲ ਤੱਕ ਪਹੁੰਚੇ ਨੇ। ਸੋ ਮੈਂ ਸਮਝਦਾ ਹਾਂ ਵੀ ਜਿਹੜੀ ਹਾਰਵੀ ਸਿਟੀ ਕੌਂਸਲ ਦਾ ਰੈਜ਼ੋਲੂਸ਼ਨ ਹੈ, ਬੇਸ਼ੱਕ ਹਾਰਵੀ ਇੱਕ ਨਿੱਕਾ ਜਿਹਾ ਸ਼ਹਿਰ ਹੈ, ਇਲੀਨੋਇਸ ਵੀ ਕੋਈ ਬਹੁਤ ਇੰਪੋਰਟੈਂਟ ਅਮਰੀਕਾ ਦੇ ਮੈਪ 'ਤੇ ਨਹੀਂ, ਅਦਰ ਦੈਨ ਕਿ ਲਿੰਕਨ ਉੱਥੋਂ ਆਇਆ ਜਾਂ ਓਬਾਮਾ ਉਸ 'ਚ, ਲੇਕਿਨ
ਇਹ ਹਿਸਟੋਰੀਕਲੀ ਬਹੁਤ ਇੰਪੋਰਟੈਂਟ ਗੱਲ ਹੈ, ਬਿਲਕੁਲ, ਕਿਉਂਕਿ ਅੰਗਰੇਜ਼ੀ ਦਾ ਇੱਕ ਸ਼ਬਦ ਅਸੀਂ ਕਹਿੰਦੇ ਹਾਂ ਸਿਨਰਜੈਸਿਕ ਇਫੈਕਟ। ਹਾਂਜੀ, ਸਿਨਰਜੈਸਿਕ ਇਫੈਕਟ ਹੁੰਦਾ ਜਦੋਂ ਤੁਸੀਂ ਇੱਕ ਚੀਜ਼ ਸ਼ੁਰੂ ਕੀਤੀ ਹੈ, ਇਟ ਸ਼ੁੱਡ ਗੋ ਫੋਰਵਰਡ, ਮੂਵ ਫੋਰਵਰਡ। ਹਾਂਜੀ, ਸੋ ਆਲਰੇਡੀ ਸਾਨੂੰ ਜਾਂ ਇਹਨਾਂ ਦੇ ਨਾਲ ਰਾਬਤਾ ਕਰ ਰਹੇ ਨੇ ਸਿਟੀਜ਼ ਵਾਲੇ, ਔਰ ਇਹਦਾ ਇਮੀਡੀਏਟ ਫੋਲੋ ਅਪ ਸੀ ਕਿ ਕੈਲੀਫੋਰਨੀਆ ਦੇ ਗਵਰਨਰ ਜੈਰੀ ਬਰਾਊਨ ਨੂੰ ਸੈਕਰਾਮੈਂਟੋ ਇੱਕ ਹੋਰ ਫੰਕਸ਼ਨ ਲਈ ਆਇਆ ਸੀ ਉਹ, ਹਾਂਜੀ, ਲੇਕਿਨ ਸਿਕਸ ਫਾਰ ਜਸਟਿਸ ਦੇ ਨੁਮਾਇੰਦੇ ਭਾਈ ਜਸਬੀਰ ਸਿੰਘ ਨੇ ਉਹਨਾਂ ਨੂੰ ਉਹ ਪੂਰੀ ਫਾਈਲ ਦਿੱਤੀ ਔਰ ਉਹ ਜਿਹੜੀ ਹੈ ਉਹ ਵੀ ਖਬਰ ਬਣੀ ਹੈ ਆਲੇ ਦੁਆਲੇ। ਸੋ ਮੈਂ ਸਮਝਦਾ ਕਿ ਇਹ ਬਿਗਨਿੰਗ ਹੈ। ਹਾਂਜੀ, ਔਰ ਇਹ ਜਿਹੜੀ ਗੱਲ ਜਿੱਥੋਂ ਸ਼ੁਰੂ ਹੋਈ ਹੈ ਇਹਨੂੰ ਹੋਰ ਹਰ ਇੱਕ ਦਾ ਇਹ ਫਰਜ਼ ਬਣਦਾ ਕਿ ਜਿੱਥੇ ਜਿੱਥੇ ਜਿਹੜਾ ਕੋਈ ਬੈਠਾ ਹੈ, ਡਾਕੂਮੈਂਟ ਤਿਆਰ ਹੈ, ਫਾਈਲ ਤਿਆਰ ਹੈ, ਆਲਰੇਡੀ ਕੰਮ ਸਾਰਾ ਇਹਦੇ 'ਤੇ ਹੋਇਆ ਹੋਇਆ, ਤੁਸੀਂ ਆਪਣੇ ਰਿਸਪੈਕਟਿਵ ਜਿਹੜੇ ਨੁਮਾਇੰਦੇ ਨੇ, ਕੌਂਸਲਮੈਨ ਨੇ, ਦੂਜੇ ਨੇ, ਉਹਨਾਂ ਨੂੰ ਕਹਿਣਾ ਕਿ ਭਾਈ ਆਹ ਹੈਗਾ, ਹਾਂਜੀ, ਤੁਸੀਂ ਇਹਦੇ 'ਤੇ ਵਿਚਾਰ ਕਰੋ, ਇਹਨੂੰ ਸਬਜੈਕਟ ਟੂ ਵੋਟ ਕਰੋ, ਔਰ ਜਦੋਂ ਵੀ ਉਹ ਰੈਕਗਨਾਈਜ਼ ਕਰਦੇ ਨੇ ਸਿੱਖ ਕਮਿਊਨਿਟੀ ਲੋਕਲੀ ਉਹਦੇ 'ਚ ਜਾ ਕੇ ਪਾਰਟੀਸਪੇਟ ਕਰੇ, ਹਾਂਜੀ, ਸੋ ਦੈਟ ਅਸੀਂ ਉਸ ਲੈਵਲ 'ਤੇ ਜਾਈਏ ਕਿ ਸਿਟੀ ਤੋਂ ਅਸੀਂ ਸਟੇਟ ਤੱਕ ਪਹੁੰਚੀਏ। ਹਾਂਜੀ, ਫਿਰ ਇੱਕ ਸਟੇਜ ਆਇਆ ਕਿ ਅਸੀਂ US ਕਾਂਗਰਸ ਦੇ ਵਿੱਚ, US ਸੈਨੇਟ ਦੇ ਵਿੱਚ, ਇਹ ਕੱਲਾ ਸਿਰਫ ਇੱਕ ਮਤੇ ਦੀ ਗੱਲ ਨਹੀਂ ਹੈ, ਵਾਂਸ ਤੁਸੀਂ ਰੈਕਗਨਾਈਜ਼ ਕਰਵਾਉਂਦੇ ਹੋ, ਸੈਕੰਡ ਚੈਪਟਰ ਫਿਰ ਅਕਾਊਂਟੇਬਿਲਟੀ ਦਾ। ਜੀ, ਜਿਵੇਂ ਅੱਜ ਵੀ ਜਿਹੜਾ ਕੰਪਨਸੇਸ਼ਨ ਦੇਣ ਦੀ ਗੱਲ ਆਈ, ਹੁਣ ਸੈਕੰਡ ਵਰਲਡ ਵਾਰ ਨੂੰ 1945 'ਚ ਖਤਮ ਹੋਇਆ, ਕਿੰਨੇ ਸਾਲ ਬੀਤ ਚੁੱਕੇ ਨੇ, ਅਜੇ ਵੀ ਜਿਹੜੇ ਨਾਜ਼ੀ ਪਰਪੀਟਰੇਟਰ ਸੀ, ਉਹ 92 ਸਾਲਾਂ ਦਾ ਬੁੱਢਾ ਇੱਥੋਂ ਚੁੱਕ ਕੇ ਲਗਾਇਆ ਪਿੱਛੇ ਕਿ ਵੀ ਉਹਨੂੰ ਕਰੋ, ਉਹ ਜਿਹੜਾ ਉੱਥੇ ਜਾ ਕੇ ਟ੍ਰਾਇਲ ਚੱਲੇਗਾ, ਜਿਹੜਾ ਕੰਪਨਸੇਸ਼ਨ ਦੇਣਾ ਪਿਆ ਅੱਜ ਤੱਕ ਵੀ ਦੇ ਰਹੇ ਨੇ। ਹੁਣ ਈਵਨ ਸਵਿਸ ਬੈਂਕਾਂ 'ਚ ਇਹ ਸੀ ਜੀ, ਜਿਹੜਾ ਉੱਥੇ ਸੋਨਾ ਨਾਜ਼ੀਆਂ ਨੇ ਜਮ੍ਹਾਂ ਕਰਾਇਆ, ਉਹ ਜਿਹੜੇ ਕੰਸਨਟ੍ਰੇਸ਼ਨ ਕੈਂਪਾਂ ਦੇ ਬਾਹਰ ਸੋਨੇ ਦੇ ਧੰਦਾਂ ਵਾਲੇ ਸੀ ਯਹੂਦੀ, ਉਹਨਾਂ ਦੇ ਕੱਢ ਕੇ ਕਰਦੇ ਸੀ, ਉਹ ਸਵਿਸ ਬੈਂਕਾਂ ਤੋਂ ਵੀ ਉਹਨਾਂ ਨੇ ਕੰਪਨਸੇਸ਼ਨ ਲਏ। ਸੋ ਵਾਂਸ ਤੁਸੀਂ ਜੈਨੋਸਾਈਡ ਵੱਲ ਜਾਂਦੇ ਹੋ ਕਿ ਭਾਈ ਦੀ ਮਾਨਤਾ ਹੁੰਦੀ ਹੈ, ਇਹਦਾ ਬਹੁਤ ਵੱਡਾ ਇਫੈਕਟ ਹੋਏਗਾ, ਔਰ ਇਹ ਸਾਡੇ ਖਾਲਿਸਤਾਨ ਦਾ ਰੈਜ਼ਨ ਡੈਟਰ ਇਹ ਵੀ ਹੈ। ਜੇ ਕੱਲ੍ਹ ਨੂੰ ਇਹ ਇਜ਼ਰਾਈਲ ਕਿਵੇਂ ਬਣਿਆ, ਇਜ਼ਰਾਈਲ ਕੋਈ ਯੂਰਪੀਅਨਸ ਨੇ ਜਾਂ ਇਹਨਾਂ ਦੀ ਗਿਲਟ ਸੀ, ਯੂਰਪੀਅਨਸ ਔਰ ਅਮੈਰੀਕਨਸ ਨੂੰ ਇਹ ਲੱਗਿਆ ਕਿ ਇਹਨੇ ਲੋਕ ਮਾਰ ਦਿੱਤੇ, ਇਹ ਕੁਛ ਹੋ ਰਿਹਾ ਸੀ, ਵਾਈ ਵੀ ਵਰ ਸਾਇਲੈਂਟ ਜਾਂ ਵਾਈ ਵੀ ਵਰ ਈਵਨ ਸਪੋਰਟਿੰਗ ਹਿਟਲਰ। ਜੀ, ਸੋ ਇਜ਼ਰਾਈਲ ਕੋਈ ਯਹੂਦੀਆਂ ਨੇ ਉੱਥੇ ਸਟਰਗਲ ਕਰਕੇ ਨਹੀਂ ਬਣਾਇਆ ਹੈ, ਉਹ ਇਹਨਾਂ ਦੀ ਕਲੈਕਟਿਵ ਗਿਲਟ 'ਚੋਂ ਨਿਕਲੇ, ਔਰ ਅਸੀਂ ਇਹ ਸਮਝਦੇ ਹਾਂ ਕਿ ਜੇ ਜੈਨੋਸਾਈਡ ਦੇ ਥੱਲੇ ਅਸੀਂ ਇਹ ਗਿਲਟ ਇਹਨਾਂ ਨੂੰ ਵੀ ਦੇਈਏ, ਅਮਰੀਕਨਾਂ ਨੂੰ ਵੀ, ਵੈਸਟਰਨਸ ਨੂੰ ਵੀ, ਕਿ ਵੀ ਤੁਸੀਂ ਉਹ ਡੈਮੋਕ੍ਰੇਸੀ ਦੇ ਨਾਂ ਥੱਲੇ ਜੋ ਕੁਛ ਕਰਦੇ ਰਹੇ, ਤੁਸੀਂ ਵੀ ਉਹਨਾਂ ਦੇ ਉੱਤੇ ਪਰਦਾਪੋਸ਼ੀ ਕੀਤੀ ਜਾਂ ਉਹਨੂੰ ਨਹੀਂ ਕੀਤਾ, ਆਹ ਵੇਖੋ ਸਿੱਖ ਹੁਣ ਇਸ ਲੈਵਲ 'ਤੇ ਆਏ ਨੇ, ਸਾਨੂੰ ਖਾਲਿਸਤਾਨ ਬਣਾਓ, ਬਣਾ ਕੇ ਦਿਓ ਜਿਵੇਂ ਤੁਸੀਂ ਇਜ਼ਰਾਈਲ ਕ੍ਰੀਏਟ ਕੀਤਾ, ਕਿਉਂਕਿ ਜਿੱਥੇ ਸਾਡੀ ਜੈਨੋਸਾਈਡ ਤੋਂ ਬਾਅਦ ਜੈਨੋਸਾਈਡ ਦੀ ਪਾਲਿਸੀ ਹੈ, ਅਸੀਂ ਉੱਥੇ ਸਰਵਾਈਵ ਹੀ ਨਹੀਂ ਕਰ ਸਕਦੇ, ਵੀ ਆਰ ਲੈਫਟ ਵਿਦ ਨੋ ਚੋਇਸ। ਸੋ ਆਈ ਥਿੰਕ ਦਿਸ ਹਰ ਵੀ ਥਿੰਗ ਇਜ਼ ਵੈਰੀ ਇੰਪੋਰਟੈਂਟ, ਐਂਡ ਦਿਸ ਇਜ਼ ਏ ਹਿਸਟੋਰੀਕਲ ਓਕੇਜ਼ਨ ਜਿਹੜਾ ਇਸ 30ਵੀਂ ਵਰ੍ਹੇਗੰਢ ਦੇ ਉੱਤੇ ਦੁਖਦ ਯਾਦ ਦੇ ਵਿੱਚ ਹੋਇਆ, ਐਂਡ ਸਿੱਖਸ ਫਾਰ ਜਸਟਿਸ ਡਿਜ਼ਰਵ ਨਟ ਦਾ ਸੈਲੂਟੇਸ਼ਨ, ਆਈ ਥਿੰਕ ਦਾ ਫੁੱਲ ਸਪੋਰਟ ਫਾਰ ਇਟਸ ਮੂਵ ਟੇਕਿੰਗ ਇਟ ਫੋਰਵਰਡ। ਜੀ ਜੀ, ਤਾਂ ਵੀਰ ਜੀ, ਆਮ ਗੋਇੰਗ ਟੂ ਕਮ ਬੈਕ ਟੂ ਯੂ ਬਿਕੋਜ਼ ਆਈ ਵਾਂਟ ਟੂ ਆਸਕ ਯੂ, ਜਿਸ ਤਰ੍ਹਾਂ ਡਾਕਟਰ ਅਮਰਜੀਤ ਸਿੰਘ ਜੀ ਨੇ ਗੱਲ ਕੀਤੀ ਕਿ ਕਿਸ ਤਰ੍ਹਾਂ ਤੁਸੀਂ ਸੈਕਰਾਮੈਂਟੋ ਦੇ ਗਵਰਨਰ ਨੂੰ ਤੁਸੀਂ ਮੈਮੋਰੈਂਡਮ ਦਿੱਤਾ ਹੈ, ਸੋ ਆਈ ਵੁੱਡ ਲਾਈਕ ਟੂ ਆਸਕ ਯੂ ਕਿ ਕੈਨ ਯੂ ਟੈਲ ਅਸ ਆਵਰ ਵਿਊਅਰਸ ਪੂਰੀ ਡੀਟੇਲ ਦੇ ਵਿੱਚ ਕਿ ਕਿਸ ਤਰ੍ਹਾਂ ਹੋਇਆ ਸੀਗਾ ਇਹ। ਦੇਖੋ, ਕੈਲੀਫੋਰਨੀਆ ਦਾ ਜੋ ਗਵਰਨਰ ਹੈ ਜੈਰੀ ਬਰਾਊਨ, ਉਹ ਸੈਕਰਾਮੈਂਟੋ ਦੇ ਗੁਰਦੁਆਰਾ ਸਾਹਿਬ 'ਚ ਇੱਕ ਫੰਕਸ਼ਨ ਉਹਨਾਂ ਨੇ ਕੀਤਾ ਸੀ, ਕੋਈ ਪੁਰਾਣੇ ਆਰਗਨਾਈਜੇਸ਼ਨਸ ਦੇ ਮੈਂਬਰਸ ਨੂੰ ਉਹਨਾਂ ਨੇ ਆਨਰ ਕਰਨਾ ਸੀ। ਹਾਂਜੀ, ਅਤੇ ਸਿਕਸ ਫਾਰ ਜਸਟਿਸ ਦੇ ਜਿਹੜੇ ਮੁੱਖ ਨੁਮਾਇੰਦੇ ਆ ਭਾਈ ਜਸਬੀਰ ਸਿੰਘ ਦਿੱਲੀ, ਭਾਈ ਅਮਰਦੀਪ ਸਿੰਘ, ਭਾਈ ਸੁਖਵਿੰਦਰ ਸਿੰਘ ਠਾਣਾ, ਅਤੇ ਉਹਨਾਂ ਦੇ ਸਾਥੀਆਂ ਨੇ ਜਿਹੜਾ ਹੈ ਉਹ ਅਪਰੋਚ ਕੀਤਾ ਉੱਥੇ, ਔਰ ਜਿਹੜਾ ਨਵੰਬਰ 1984 ਦੀ ਅਸੀਂ ਰਿਪੋਰਟ ਯੂਨਾਈਟਿਡ ਨੇਸ਼ਨਸ ਦੇ ਵਿੱਚ ਦਰਜ ਕਰਵਾਈ ਹੈ ਉਹਦੀ ਕਾਪੀ, ਅਤੇ ਇੱਕ ਰੈਜ਼ੋਲੂਸ਼ਨ ਦੀ ਕਿ ਵੀ ਕੈਲੀਫੋਰਨੀਆ ਸਟੇਟ ਜਿਹਦੇ ਵਿੱਚ ਤਕਰੀਬਨ ਜੇ ਆਪਾਂ ਡਾਟਾ ਦੇਖਿਆ ਜਾਏ ਤਾਂ ਸਭ ਤੋਂ ਜ਼ਿਆਦਾ ਜਿਹੜੇ ਸਿੱਖ ਹੈ ਆਪਣੇ ਉੱਥੇ ਵੱਸਦੇ ਹੈ, ਵੀ ਉਹਨਾਂ ਦੇ ਆਧਾਰ ਦੇ ਉੱਤੇ ਤੁਸੀਂ ਇਹਨੂੰ ਰੈਜ਼ੋਲੂਸ਼ਨ ਪਾਓ, ਅਤੇ ਕੈਲੀਫੋਰਨੀਆ ਸਟੇਟ ਜਿਹੜੀ ਹੈ ਉਹ ਰੈਕੋਗਨਾਈਜ਼ ਕਰੇ ਤੱਥਾਂ ਦੇ ਆਧਾਰ ਦੇ ਉੱਤੇ, ਐਟਲੀਸਟ ਰੈਜ਼ੋਲੂਸ਼ਨ ਜਿਹੜਾ ਹੈ ਉਹ ਜ਼ਰੂਰ ਜਿਹੜਾ ਕੈਲੀਫੋਰਨੀਆ ਸਟੇਟ 'ਚ ਪੇਸ਼ ਹੋਣਾ ਚਾਹੀਦਾ। ਸੋ ਉਹ ਰੈਜ਼ੋਲੂਸ਼ਨ ਔਰ ਰਿਪੋਰਟ ਦੀ ਕਾਪੀ ਜਿਹੜੀ ਹੈ ਗਵਰਨਰ ਨੂੰ ਜਿਹੜੀ ਹੈ ਫੜਾਈ ਗਈ, ਔਰ ਅਸੀਂ ਉਹਦੇ 'ਤੇ ਫਾਲੋ ਅਪ ਵੀ ਕਰਦੇ ਪਏ ਹਾਂ, ਕਿਉਂਕਿ ਗਵਰਨਰ ਦਾ ਜੋ ਮੁੱਖ ਮੀਡੀਆ ਐਡਵਾਈਜ਼ਰ ਸੀ ਉਹਦੇ ਨਾਲ ਅਲੱਗ ਮੁਲਾਕਾਤ ਕੀਤੀ ਗਈ, ਔਰ ਉਸਨੂੰ ਵੀ ਉਹ ਰਿਪੋਰਟ ਦਿੱਤੀ ਗਈ ਵੀ ਤੁਸੀਂ ਇਹ ਗਵਰਨਰ ਦੇ ਨਾਲ ਬੈਠ ਕੇ ਡਿਸਕਸ ਕਰਨਾ ਹੈ ਅਤੇ ਸਾਨੂੰ ਇਹਦੇ ਉੱਤੇ ਤੁਸੀਂ ਜਵਾਬਦੇਹੀ ਜ਼ਰੂਰ ਹੋਣਾ। ਜੀ ਬਿਲਕੁਲ, ਔਰ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ, ਅਸੀਂ ਧੰਨਵਾਦੀ ਹਾਂ ਡਾਕਟਰ ਸਾਹਿਬ ਇਸ ਗੱਲ ਦੇ ਕਿ ਤੁਸੀਂ ਸਮਝਦੇ ਹੋ ਵੀ ਸਿਕਸ ਫਾਰ ਜਸਟਿਸ ਨੇ ਕੁਛ ਕੀਤਾ, ਪਰ ਮੈਂ ਇਹਦੇ 'ਚ ਦੱਸਣਾ ਚਾਹੁੰਦਾ ਵੀ ਆਪਣਾ ਇੱਕ ਕੌਮ ਦਾ ਫਰਜ਼ ਹੈ ਜੀ, ਆਪਣੀ ਹੋਈ ਹੈ ਨਸਲਕੁਸ਼ੀ ਸਿੱਖ ਕੌਮ ਦੀ। ਹੁਣ
ਜੇ ਆਪਾਂ ਰਿਪੋਰਟ ਬਣਾ ਲਈ ਔਰ ਰਿਪੋਰਟ ਆਪਾਂ ਪੂਰੀ ਕੌਮ ਦੇ ਕੋਲ ਲੈ ਕੇ ਜਾਈਏ ਹਾਂਜੀ ਤੇ ਜੇ ਦੇਖਿਆ ਜਾਏ ਤੇ ਜਿੰਨੇ ਕੁ ਤਕਰੀਬਨ ਨਾਰਥ ਅਮਰੀਕਾ 'ਚ ਸਿੱਖ 1990 ਤੋਂ ਬਾਅਦ ਆਏ ਆ ਜੀ ਨਾਰਥ ਅਮਰੀਕਨ ਕੰਟਰੀਜ਼ ਔਰ ਯੂਰੋਪੀਅਨ ਕੰਟਰੀਜ਼ ਇਹ ਮੰਨਦੀਆਂ ਕਿ ਭਾਰਤ ਦੀ ਸਰਕਾਰ ਨੇ ਸਿੱਖਾਂ ਦੀ ਜਿਹੜੀ ਹੈ ਪਰਸੀਕਿਊਸ਼ਨ ਕੀਤੀ ਹੈ ਹਾਂਜੀ ਜਦੋਂ ਤੁਸੀਂ ਪਰਸੀਕਿਊਸ਼ਨ ਦੀ ਥੱਲੇ ਡੈਫੀਨੇਸ਼ਨ ਦੇਖਦੇ ਹੋ ਤੇ ਉਹ ਜੈਨੋਸਾਈਡ ਹੁੰਦੀ ਹੈ ਹਾਂਜੀ ਪਰਸੀਕਿਊਸ਼ਨ ਕਿਸ ਆਧਾਰ ਤੇ ਹੋਈ ਜੀ ਸਿੱਖਾਂ ਨੂੰ ਕਿਉਂ ਮਾਰਿਆ ਜਾਂਦਾ ਉਹਨਾਂ ਦੀ ਜਾਨ ਨੂੰ ਖਤਰਾ ਕਿਉਂ ਹੈ ਉਹਨਾਂ ਦੀ ਜਾਨ ਨੂੰ ਖਤਰਾ ਇਸ ਕਰਕੇ ਨਹੀਂ ਵੀ ਉਹ ਇੰਡੀਅਨ ਹੈ ਹਾਂਜੀ ਉਹਨਾਂ ਦੀ ਜਾਨ ਨੂੰ ਖਤਰਾ ਇਹ ਹੈ ਵੀ ਉਹ ਸਿੱਖ ਹੈ ਬਿਲਕੁਲ ਜੀ ਸਿੱਖਾਂ ਦੇ ਕੌਮ ਦੀ ਸਿੱਖ ਧਰਮ ਦੀ ਸਿੱਖਾਂ ਤੇ ਹੋਈ ਬੇਇਨਸਾਫੀ ਦੀ ਆਵਾਜ਼ ਚੁੱਕਦੇ ਆ ਹਾਂਜੀ ਅਲੱਗ ਰਾਜ ਦੀ ਤੇ ਆਪਣੀ ਆਜ਼ਾਦੀ ਦੀ ਗੱਲ ਕਰਦੇ ਆ ਜੀ ਸੋ ਨਾਰਥ ਅਮਰੀਕਨ ਕੰਟਰੀਜ਼ ਯੂਰੋਪੀਅਨ ਕੰਟਰੀਜ਼ ਇਹ ਗੱਲ ਮੰਨ ਚੁੱਕੀਆਂ ਡਾਕੂਮੈਂਟਡ ਤੌਰ ਤੇ ਕਾਨੂੰਨੀ ਤੌਰ ਤੇ ਜੀ ਇਹ ਸਿੱਖਾਂ ਦੀ ਪਰਸੀਕਿਊਸ਼ਨ ਹੁੰਦੀ ਹੈ ਹਾਂਜੀ ਹੁਣ ਸਪੈਸ਼ਲੀ ਉਹਨਾਂ ਪਰਿਵਾਰਾਂ ਦਾ ਜਾਂ ਪੂਰੇ ਸਿੱਖ ਕੌਮ ਦੇ ਅਦਾਰਿਆਂ ਦਾ ਇਹ ਆਪਣਾ ਫਰਜ਼ ਬਣਦਾ ਕਿ ਜਿਹੜੇ ਜਿਹੜੇ ਕਾਉਂਸਲਮੈਨ ਜਿੱਥੇ ਜਿੱਥੇ ਸਿਟੀ 'ਚ ਆਪਾਂ ਬੈਠੇ ਹਾਂ ਕਿਉਂਕਿ ਸਭ ਤੋਂ ਸੌਖਾ ਕਾਉਂਸਲਮੈਨ ਕੋਲ ਜਾਣਾ ਜੀ ਦਰਵਾਜ਼ੇ ਵੀ ਉਹਦੇ ਖੁੱਲ੍ਹੇ ਆ ਅਤੇ ਆਫਿਸ ਵੀ ਆਪਾਂ ਨੂੰ ਸਭਨਾਂ ਨੂੰ ਪਤਾ ਕਿੱਥੇ ਹੈ ਹਾਂਜੀ ਹੈ ਨਾ ਜਦੋਂ ਆਪਾਂ ਪਰਮਿਟ ਲੈਣੇ ਹੁੰਦੇ ਆਪਾਂ ਨੂੰ ਸਭ ਨੂੰ ਪਤਾ ਹੁੰਦਾ ਕਿੱਥੇ ਜਾਣਾ ਜੀ ਸਿਟੀ ਹਾਲ ਕਿੱਥੇ ਆ ਸਭ ਨੂੰ ਪਤਾ ਉੱਥੇ ਇਹ ਆਪਣੇ ਫਰਜ਼ ਹੈ ਆਪਣਾ ਕਿ ਆਪਾਂ ਇਹ ਰਿਪੋਰਟ ਉੱਥੇ ਦਈਏ ਜਾ ਕੇ ਹਾਂਜੀ ਜੇ ਹੁਣ ਅੱਜ ਵੀ ਆਪਾਂ ਇਸ ਗੱਲ ਤੇ ਬੈਠੇ ਰਹਾਂਗੇ ਉਹ ਡਾਕਟਰ ਸਾਹਿਬ ਨੇ ਬੜੀ ਵਧੀਆ ਉਦਾਹਰਣ ਦਿੱਤੀ ਹੈ ਇਜ਼ਰਾਈਲ ਦੀ ਹਾਂਜੀ ਕਿਉਂਕਿ ਆਮ ਤੌਰ ਤੇ ਸਾਨੂੰ ਵੀ ਕੁਐਸਚਨ ਪੁੱਛਿਆ ਜਾਂਦਾ ਦੇਖੋ ਜੀ ਜਿੱਦਾਂ ਜੂਇਸ਼ ਕਮਿਊਨਿਟੀ ਇਕੱਠੀ ਹੈ ਉਦਾਂ ਤੁਸੀਂ ਕਿਉਂ ਨਹੀਂ ਕਰਦੇ ਬਿਲਕੁਲ ਔਰ ਅਸੀਂ ਉਹਦਾ ਬਿਲਕੁਲ ਸਿੱਧਾ ਜਿਹਾ ਜਵਾਬ ਦਿੰਦੇ ਹਾਂ ਜੀ ਉਹਨਾਂ ਕੋਲ ਆਪਣੀ ਕੰਟਰੀ ਵੀ ਹੈ ਤੇ ਕਰੰਸੀ ਵੀ ਹੈ ਜੀ ਤੁਸੀਂ ਕੰਟਰੀ ਬਣਾਉਣ ਵਾਸਤੇ ਸਿੱਖ ਕੌਮ ਦੀ ਆਜ਼ਾਦੀ ਵਾਸਤੇ ਹੱਥ ਮਿਲਾਓ ਤੇ ਜੈਨੋਸਾਈਡ ਜਿਹੜਾ ਹੈਗਾ ਉਹ ਉਹਦਾ ਆਧਾਰ ਹੈ ਹਾਂਜੀ ਉਹ ਤੁਹਾਡਾ ਆਧਾਰ ਹੈ ਕਿ ਸਾਨੂੰ ਆਜ਼ਾਦੀ ਉੱਥੋਂ ਕਿਉਂ ਚਾਹੀਦੀ ਹੈ ਜੀ ਸੋ ਆਪਣਾ ਫਰਜ਼ ਹੈ ਕਿ ਆਪਾਂ ਹਰ ਕਾਉਂਸਲਮੈਨ ਤੋਂ ਉਸ ਤੋਂ ਬਾਅਦ ਕਾਂਗਰਸਮੈਨ ਤੋਂ ਉਸ ਤੋਂ ਬਾਅਦ ਸੈਨੇਟਰ ਤੱਕ ਐਟ ਲੀਸਟ ਉਹਨਾਂ ਦੇ ਟੇਬਲ ਤੱਕ ਇਹ ਜ਼ਰੂਰ ਪਹੁੰਚਾਈਏ ਜੀ ਔਰ ਇਸ ਗੱਲ ਦਾ ਅਹਿਦ ਲਈਏ ਕਿਉਂਕਿ ਜਦੋਂ ਆਪਾਂ ਆ ਕੇ ਵਸੇ ਹਾਂ ਇਸ ਕਰਕੇ ਇੱਥੇ ਕਿ ਆਪਣੇ ਤੇ ਪਰਸੀਕਿਊਸ਼ਨ ਹੋਈ ਹੈ ਫਿਰ ਉਹਦਾ ਅਗਲਾ ਸਟੈਪ ਵੀ ਆਪਾਂ ਜ਼ਰੂਰ ਕਰੀਏ ਜੀ ਬਿਲਕੁਲ ਅਤੇ ਵੀਰ ਜੀ ਹੋਰ ਵੀ ਸਾਰੇ ਕਾਫੀ ਸਾਰੇ ਅਸੀਂ ਫੋਲੋਅਪ ਕੁਐਸਚਨਸ ਕਰਾਂਗੇ ਪਰ ਸਾਡਾ ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਵੀ ਥੋੜ੍ਹਾ ਸਵਾਲ ਨਾਲ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ ਵੀਅਰਸ ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਕੀਪ ਵਾਚਿੰਗ ਨਿਊਜ਼ TV84 ਵਿਲ ਬੀ ਰਾਈਟ ਬੈਕ ਆਫਟਰ ਅ ਸ਼ੋਰਟ ਬ੍ਰੇਕ